ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਨਮੋਲ ਦੀ ਐਨ ਜੀ ਓ ਦੇ ਨਾਲ ਥੋੜ੍ਹਾ ਚਿਰ ਪਹਿਲਾਂ ਹੀ ਜੁੜੀ ਹਾਂ, ਪਰ ਮੈਂ ਇਹਦੀਆਂ ਵੀਡੀਓਜ਼ ਬਹੁਤ ਪਹਿਲਾਂ ਤੋਂ ਦੇਖ ਰਹੀ ਸੀ ਜਦੋਂ ਇਹਨਾਂ ਨੇ ਸਟਾਰਟਅਪ ਕੀਤਾ ਸੀਗਾ। ਸਕੂਲ 'ਚ ਜਾ ਕੇ ਬੁੱਕਸ ਡੋਨੇਟ ਕਰਦੇ ਸੀਗੇ, ਉਦੋਂ ਸੋਚੀਦਾ ਸੀ ਵੀ ਕਿ ਸ਼ਾਇਦ ਥੋੜ੍ਹੇ ਟਾਈਮ ਬਾਅਦ ਜਿਵੇਂ ਜਨਰੇਸ਼ਨ ਨੂੰ ਇੱਕ ਆਉਂਦਾ ਵੀ ਨਹੀਂ ਮੈਂ ਕੁਛ ਨਵਾਂ ਕਰਨਾ, ਔਰ ਫਿਰ ਠੰਡੇ ਹੋ ਜਾਣਗੇ। ਬਟ ਰੀਸੈਂਟਲੀ ਫਿਰ ਮੈਂ ਵਿੱਚ ਜੇ ਦੇਖਣੀਆਂ ਛੱਡਤੀ ਹਾਂ। ਦੁਬਾਰਾ ਇੱਕ ਦਿਨ ਐਵੇਂ ਫੇਸਬੁੱਕ 'ਤੇ ਦੁਬਾਰਾ ਇਹਨਾਂ ਦੀ ਵੀਡੀਓ ਦੇਖੀ, ਚੈੱਕ ਕੀਤਾ, ਉਹਦੇ ਵਿੱਚ ਦੇਖਿਆ ਵੀ ਨਹੀਂ ਕੁਛ ਲੋਕ ਐਵੇਂ ਦੇ ਹੈਗੇ ਜਿਹੜੇ ਅੱਗੇ ਵੱਧਦੇ ਨੇ, ਔਰ ਆਪਣੇ ਨਾਲ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਜਿਹੜੇ ਸਕੂਲਾਂ 'ਚ ਬੱਚੇ, ਚਲੋ ਉਹਨਾਂ ਦੇ ਤਾਂ ਪੇਰੈਂਟਸ ਅਫੋਰਡ ਕਰਦੇ, ਇਹਨਾਂ ਨੇ ਜਿਹੜੇ ਨਹੀਂ ਸੀ ਅਫੋਰਡ ਕਰ ਸਕਦੇ, ਜਾਂ ਆਪਾਂ ਇੱਥੇ ਆ ਜਾਂਦੇ ਹਾਂ ਦੇਖਦੇ ਵੀ ਮੈਡੀਸਿਨ ਨਹੀਂ ਹੈ, ਕਿਸੇ ਕੋਲ ਕੁਛ ਨਹੀਂ ਹੈ, ਇਹਨਾਂ ਨੇ ਪ੍ਰੋਪਰ ਥਰੂ ਚੈਨਲ ਉਹ ਚੀਜ਼ ਕੀਤੀ। ਮੈਂ ਵੀ ਇੱਥੇ ਇੱਕ ਵਾਰ ਆਈ ਹਾਂ, ਡੋਨੇਟ ਕੀਤਾ ਸੀਗਾ, ਬਹੁਤ ਵਧੀਆ ਲੱਗਿਆ। ਸਿੱਧਾ ਆਪਾਂ ਪੇਸ਼ੈਂਟ ਦੇ ਹੱਥ 'ਤੇ ਪੈਸੇ ਰੱਖਦੇ ਹਾਂ, ਜੋ ਉਹਦੀ ਜ਼ਰੂਰਤ ਹੈ ਉਹ ਪੂਰੀ ਕਰਦੇ ਹਾਂ। ਇੱਕ ਦੋ ਵਾਰ ਮੇਰੇ ਨਾਲ ਵੀ ਹੋਇਆ ਸੀਗਾ, ਰਸਤੇ ਤੋਂ ਅਸੀਂ ਚੁੱਕ ਲੈਣਾ ਕਿਸੇ ਨੂੰ ਅਤੇ ਇੱਥੇ ਰਜਿੰਦਰਾ ਹੀ ਲੈ ਕੇ ਆਉਣਾ ਅਤੇ ਅੱਗੋਂ ਰਿਸਪੋਂਸ ਨਹੀਂ ਸੀ ਮਿਲਦਾ, ਬਹੁਤ ਔਖਾ ਹੈ। ਮਤਲਬ ਦੋ ਕੇਸਿਸ ਮੈਂ ਇੰਜ ਦੇਖੇ ਵੀ ਆ ਕੇ ਪੇਸ਼ੈਂਟ ਨੂੰ ਇੱਥੇ ਰੱਖਿਆ, ਗੱਡੀ 'ਚ ਆਪਣੇ ਬੱਚੇ ਨੇ, ਕਈ ਦਾ ਵੀ ਤੁਸੀਂ ਇਹਨਾਂ ਨੂੰ ਮੈਡੀਸਿਨ ਕਿੱਦਾਂ ਡਾਕਟਰ ਹੈਂਡਲ ਕਰਦੇ, ਉਹਨਾਂ ਨੂੰ ਲਵਾਰਸਾਂ ਵਾਂਗੂ ਸੁੱਟ ਦਿੰਦੇ ਨੇ। ਮੈਂ ਤਾਂ ਇੱਕ ਜਾਣੇ ਨੂੰ ਚੁੱਕਿਆ, ਇਹ ਕਿੰਨਿਆਂ ਨੂੰ ਡੇਲੀ ਦੇਖਦੇ ਨੇ। ਸੋ ਮੇਰੇ ਵੱਲੋਂ ਤਾਂ ਪਰਮਾਤਮਾ ਨੂੰ ਇਹੀ ਹੈ ਵੀ ਮੈਂ ਵੀ ਚਾਹੁੰਦੀ, ਮੇਰਾ ਵੀ ਬੇਟਾ ਹੈ ਉਹ 8th ਕਲਾਸ 'ਚ ਹੈ, ਮੈਂ ਚਾਹੁੰਦੀ ਹਾਂ ਕਿ ਸੇਮ ਮੇਰੇ ਵਰਗਾ ਹੀ ਬਣੇ। ਪਰਮਾਤਮਾ ਇਸ ਤਰ੍ਹਾਂ ਦਾ ਬੇਟਾ ਹਰ ਇੱਕ ਨੂੰ ਦੇਵੇ, ਜਿਹੜਾ ਆਪਣੇ ਦੁੱਖ ਨੂੰ ਛੱਡ ਕੇ ਘਰਦਿਆਂ ਤੋਂ ਬਾਹਰਦਿਆਂ ਦਾ ਦੁੱਖ ਵੀ ਦੇਖਦਾ। ਆਪਾਂ ਵੀ ਕਿੰਨਾ ਕੁ ਟਾਈਮ ਦਿੰਦੇ ਹਾਂ, ਪੈਸੇ ਦੇਣ ਲਈ ਆ ਜਾਈਦਾ, ਟਾਈਮ ਕੋਈ ਨਹੀਂ ਦਿੰਦਾ, ਹੈ ਨਾ। ਉਹ ਚੀਜ਼ ਬਹੁਤ ਅੱਛੀ ਲੱਗੀ। ਬਾਕੀ ਅਨਮੋਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਟਿਆਲੇ ਦੀ ਧਰਤੀ 'ਤੇ ਆਉਣ ਦਾ ਮੌਕਾ ਮਿਲਿਆ ਅਤੇ ਪਟਿਆਲੇ ਦੀ ਆਬਾਦੀ ਦੇ ਨਾਲ ਅੱਜ ਮਿਲਣ ਦਾ ਬਹੁਤ ਰੂਬਰੂ ਉਸ ਵਾਹਿਗੁਰੂ ਨੇ ਇਸ ਬਖਸ਼ਿਆ, ਇਸ ਕਾਬਲ ਕੀਤਾ ਕਿ ਅੱਜ ਪਟਿਆਲੇ ਦੀ ਧਰਤੀ 'ਤੇ ਰਜਿੰਦਰਾ ਹੋਸਪਿਟਲ ਦੇ ਵਿੱਚ, ਸ਼ਾਇਦ ਕੈਮਰੇ ਦੇ ਪਿੱਛੇ ਬੈਠੇ ਇਨਸਾਨਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਕਿ ਕਿਸੇ ਦੇ ਘਰ ਦੇ ਹਾਲਾਤ ਕੀ ਹੋਣਗੇ ਜਦੋਂ ਉਹਨਾਂ ਦੇ ਕੋਲ ਇੱਕ ਖਾਣ ਦੀ ਰੋਟੀ ਨਹੀਂ ਤਾਂ ਉਹ ਆਪਣਾ ਇਲਾਜ ਕਿੱਥੋਂ ਕਰਾਉਣਗੇ। ਦੀਦੀ ਸਾਡੇ ਡੋਨਰ ਨੇ, ਨਾਲ ਉਹਨਾਂ ਦਾ ਬੇਟਾ ਹੈ, ਹੋਰ ਦੀਦੀ ਆ ਜਾਓ, ਆ ਜਾਓ ਦੀਦੀ, ਆ ਜਾਓ ਅੱਗੇ, ਆ ਜਾਓ ਨਾਲ ਦੀਦੀ ਦਾ ਬੇਟਾ ਕੈਨੇਡਾ। ਇਹ ਸਾਰੇ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਟੀਮ ਚਲਾ ਰਹੇ ਨੇ। ਇਹ ਦੀਦੀ ਟੀਚਰ ਨੇ, ਜਿੱਦਾਂ ਉਹਨਾਂ ਨੇ ਇੱਕ ਸਾਫ਼ ਕੋਰੀ ਬਹੁਤ ਵਧੀਆ ਗੱਲ ਕਹੀ ਕਿ ਜਦੋਂ ਪਹਿਲਾਂ ਵੀਡੀਓਜ਼ ਦੇਖਦੇ ਸੀ ਤਾਂ ਉਹਨਾਂ ਨੂੰ ਲੱਗਿਆ ਕਿ ਇਹ 2-4 ਦਿਨ ਦੀ ਖੇਡ ਹੈ, ਜ਼ਿਆਦਾ ਦਿਨ ਨਹੀਂ ਚੱਲੂਗੀ। ਇਹ ਮੈਨੂੰ ਵੀ ਲੱਗਦਾ ਸੀ ਕਿਉਂਕਿ ਇੰਨੀ ਵੱਡੀ ਜ਼ਿੰਮੇਵਾਰੀ ਵਾਹਿਗੁਰੂ ਨੇ ਬਖਸ਼ ਤਾਂ ਜ਼ਰੂਰ ਦਿੱਤੀ ਸੀਗੀ, ਪਰ ਕਦੀ ਕਦੀ ਸਮਝ ਲਓ ਕਿ ਦੁਨੀਆ ਦੇ ਹਾਲਾਤ ਦੇਖ ਕੇ ਲੱਗਦਾ ਸੀਗਾ ਕਿ ਟੁੱਟ ਨਾ ਜਾਈਏ, ਪਰ ਫਿਰ ਉੱਤੇ ਮੂੰਹ ਕਰਕੇ ਉਸ ਵਾਹਿਗੁਰੂ ਅੱਗੇ ਕਹਿੰਦੇ ਸੀਗੇ ਕਿ ਵਾਹਿਗੁਰੂ ਜੇ ਇੰਨੀ ਹਿੰਮਤ ਬਖਸ਼ੀ ਹੈ ਤਾਂ ਇੰਨੀ ਹਿੰਮਤ ਦੇ ਨਾਲ ਹੀ ਖੜ੍ਹਨ ਵਾਲੇ ਭੈਣ ਭਰਾ ਜ਼ਰੂਰ ਦੇ। ਤਾਂ ਸਮਝ ਲਓ ਕਿ ਵੱਡੀਆਂ ਭੈਣਾਂ ਦੇ ਰੂਪ 'ਚ ਜਾਂ ਮਾਵਾਂ ਦੇ ਰੂਪ 'ਚ ਜਾਂ ਸਮਝ ਲਓ ਕਿ ਬਜ਼ੁਰਗ ਆਏ ਨੇ ਇੱਥੇ, ਸਾਡੇ ਮਾਂ ਬਾਪ ਹੋ ਗਏ, ਕਿਸੇ ਵੀ ਰੂਪ 'ਚ ਲਾ ਲਓ, ਕਿਉਂਕਿ ਕਹਿੰਦੇ ਇਨਸਾਨੀਅਤ ਦਾ ਧਰਮ ਸਭ ਤੋਂ ਵੱਡਾ ਧਰਮ ਹੁੰਦਾ। ਜਦੋਂ ਇੱਕ ਮਾਂ ਦੇ ਕੁੱਖੋਂ ਬੱਚਾ ਜਨਮ ਲੈਂਦਾ ਨਾ, ਤਾਂ ਉਹਦੇ ਜਨਮ ਲੈਣ ਤੋਂ ਬਾਅਦ ਉਹਨੂੰ ਰਿਸ਼ਤੇ ਸਿਖਾਏ ਜਾਂਦੇ ਕਿ ਆਹ ਤੇਰਾ ਮਾਮਾ ਆ, ਤੇਰਾ ਚਾਚਾ, ਤੇਰਾ ਮਾਸੀ ਆ, ਤੇਰਾ ਡੈਡੀ ਆ, ਕਿ ਨਹੀਂ ਦੀਦੀ। ਜੰਮਣ ਤੋਂ ਬਾਅਦ ਰਿਸ਼ਤੇ ਸਿਖਾਏ ਜਾਂਦੇ ਆ, ਪਰ ਇਹ ਰਿਸ਼ਤਾ ਜਿਹੜਾ ਇਨਸਾਨੀਅਤ ਦਾ, ਅਸੀਂ ਤੁਹਾਨੂੰ ਨਹੀਂ ਜਾਣਦੇ, ਤੁਸੀਂ ਸਾਨੂੰ ਨਹੀਂ ਜਾਣਦੇ, ਜਿਹੜੇ ਮਰੀਜ਼ ਇੱਥੇ ਹੈਲਪ ਲੈਣ ਆਏ ਅਸੀਂ ਇਹਨਾਂ ਨੂੰ ਨਹੀਂ ਜਾਣਦੇ, ਜਿਹੜੇ ਹੈਲਪ ਕਰਨ ਆਏ ਅਸੀਂ ਇਹਨਾਂ ਨੂੰ ਨਹੀਂ ਜਾਣਦੇ, ਪਰ ਜੇ ਇਹਨਾਂ ਦੇ ਮੇਲ ਮਿਲਾਪ ਨਾਲ ਕਿਸੇ ਇਨਸਾਨ ਦੀ ਜ਼ਿੰਦਗੀ ਬਚਦੀ ਹੈ ਤਾਂ ਮੈਨੂੰ ਲੱਗਦਾ ਕਿ ਦੁਨੀਆ 'ਚ ਇਸ ਤੋਂ ਉੱਤੇ ਧਰਮ ਨਹੀਂ ਹੈ। ਪਟਿਆਲੇ ਦੀ ਧਰਤੀ ਲਾ ਲਓ, ਲੁਧਿਆਣੇ ਦੀ ਧਰਤੀ ਲਾ ਲਓ, ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਇੱਦਾਂ ਦੇ ਬੜੇ ਭੈਣ ਭਰਾ ਨੇ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦੇ ਜੇਬ ਦੇ ਵਿੱਚ ਪਿਆ ਦਸਵੰਧ ਕਿਸੇ ਬੰਦੇ ਦੀ ਜ਼ਿੰਦਗੀ ਬਚਾ ਸਕਦਾ। ਤਾਂ ਬਸ ਸਾਡੀ ਘੋਲ ਇਸ ਗੱਲ 'ਤੇ ਹੈ ਕਿ ਅਸੀਂ ਉੱਠ ਕੇ ਹੋਸਪਿਟਲ ਦੇ ਵਿੱਚ ਜਾਣ ਨੂੰ ਤਿਆਰ ਨਹੀਂ। ਅੱਜ ਰਜਿੰਦਰਾ ਦੇ ਵਿੱਚ ਆ ਕੇ ਜੋ ਮਰੀਜ਼ ਦੇਖੇ ਨੇ,
ਪਟਿਆਲੇ ਦੀ ਟੀਮ ਸਾਡੇ ਗੁਰਸੇਵਕ ਭਾਜੀ ਲੀਡ ਕਰਦੇ ਨੇ ਤੇ ਮਨੀਸ਼ ਭਾਜੀ, ਮਤਲਬ ਮੈਂ ਪੂਰੀ ਟੀਮ ਦਾ ਜੇ ਨਾਮ ਲੈਣ ਤੇ ਆਵਾਂ ਤਾਂ ਬੜੀ ਲੰਬੀ ਲਿਸਟ ਹੈ ਪੂਰੀ ਟੀਮ ਦੀ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਇਸ ਐਨ ਜੀ ਓ ਦੇ ਵਿੱਚ ਵੀ ਡੋ ਨਾਟ ਅਸੈਪਟ ਮਨੀ ਔਰ ਥਿੰਗਸ, ਐਨ ਜੀ ਓ ਦੇ ਵਿੱਚ ਹਰ ਬੰਦਾ ਟੀਮ ਮੈਂਬਰ ਹੈ, ਹਰ ਬੰਦਾ ਡੋਨਰ ਹੈ, ਹਰ ਬੰਦਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ, ਹਰ ਸਵਾਲ ਜਵਾਬ ਸਾਰੇ ਇਕੱਠੇ ਹੀ ਨੇ। ਕੋਈ ਇਸ ਐਨ ਜੀ ਓ ਦੇ ਵਿੱਚ ਐਸਾ ਨਹੀਂ ਹੈਗਾ ਕਿ ਇਹੀ ਟੀਮ ਮੈਂਬਰ ਨੇ ਜਾਂ ਇਹੀ ਟੀਮ ਮੈਂਬਰ ਨੇ, ਸਾਰੇ ਇਕੱਠੇ ਟੀਮ ਮੈਂਬਰ ਹਾਂ। ਜੇ ਦੀਦੀ ਇੱਥੇ ਆਉਣਾ ਸ਼ੁਰੂ ਕਰ ਰਹੇ ਨੇ ਤਾਂ ਦੀਦੀ ਨੂੰ ਪੂਰਾ ਹੱਕ ਹੈ ਪੁੱਛਣ ਦਾ ਕਿ ਵੀਰੇ ਆ ਪੇਸ਼ੈਂਟ ਕੌਣ ਹੈ, ਪੇਸ਼ੈਂਟ ਨੂੰ ਕੀ ਹੋਇਆ, ਅਤੇ ਜੋ ਦੀਦੀ ਦੀ ਬਣਦੀ ਸੇਵਾ ਦਵਾਈਆਂ ਲੈ ਕੇ ਇਸ ਪੇਸ਼ੈਂਟ ਨੂੰ ਦੇ ਸਕਦੇ ਆ, ਅਤੇ ਜੋ ਪੇਸ਼ੈਂਟ ਦਾ ਪਰਿਵਾਰ ਦਵਾਈਆਂ ਦੇ ਨਾਲ ਠੀਕ ਹੋ ਕੇ ਘਰ ਚੱਲ ਜਾਂਦਾ ਤਾਂ ਉਹ ਦੁਆਵਾਂ ਅਫਕੋਰਸ ਦੀਦੀ ਦੇ ਪਰਿਵਾਰ ਵਾਸਤੇ ਹੋਣਗੀਆਂ। ਇੱਕ ਹੋਰ ਸਾਡੇ ਕੋਲ ਭੈਣ ਅੱਜ ਆਏ ਨੇ, ਦੀਦੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕੀ ਫਤਿਹ। ਮੈਂ ਪਟਿਆਲੇ ਦੀ ਆਬਾਦੀ ਨੂੰ, ਗੁਰਸੰਗਤ ਨੂੰ, ਮੇਰੇ ਵੱਡੇ ਭਰਾਵਾਂ ਨੂੰ, ਵੱਡੀਆਂ ਭੈਣਾਂ ਨੂੰ, ਵੱਡੀਆਂ ਮਾਵਾਂ, ਸਾਰਿਆਂ ਨੂੰ ਜਿੰਨੇ ਵੀਡੀਓ ਦੇਖ ਰਹੇ ਨੇ ਕਿ ਪਟਿਆਲੇ ਦੀ ਟੀਮ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ ਇਸ ਐਨ ਜੀ ਓ ਨੂੰ ਲੈ ਕੇ। ਰੋਜ਼ ਇੱਕੋ ਲੋਕੇਸ਼ਨ 'ਤੇ ਆਉਣਾ, ਪੇਸ਼ੈਂਟਾਂ ਦੇ ਦੁੱਖ ਸੁਣਨੇ, ਸੁਣਨ ਤੋਂ ਬਾਅਦ ਉਮੀਦ ਦੇ ਵਿੱਚ ਰਹਿਣਾ ਕਿ ਕੋਈ ਡੋਨਰ ਆਏਗਾ ਇਹਨਾਂ ਨੂੰ ਪੇਸ਼ੈਂਟਾਂ ਨੂੰ ਪੈਸਾ ਦੇ ਕੇ ਜਾਏਗਾ ਅਤੇ ਉਹਨਾਂ ਦਾ ਗਲੂਕੋਜ਼ ਲੱਗੇਗਾ ਅਤੇ ਉਹਨਾਂ ਦਾ ਹੱਲ ਹੋਏਗਾ। ਇਹਨਾਂ ਦੀ ਉਮੀਦਾਂ 'ਤੇ, ਇਹਨਾਂ ਦੀ ਮਿਹਨਤ 'ਤੇ ਜੇ ਆਪਾਂ ਪਾਣੀ ਨਾ ਫੇਰਨ ਦਈਏ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਗੁਰੂ ਦੇ ਪਿੱਛੇ ਲੜ ਲੱਗਣ ਵਾਲੀ, ਗੁਰੂ ਦੀ ਗੱਲ ਮੰਨਣ ਵਾਲੀ, ਇਸ ਤੋਂ ਵੱਡੀ ਕੋਈ ਗੱਲ ਨਹੀਂ। ਕਿਉਂਕਿ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਕਿ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ। ਜੇ ਆਪਾਂ ਗੱਲ ਕਰੀਏ, ਅੱਜ ਤੋਂ 500 ਸਾਲ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਦਵਾਖਾਨਾ ਖੋਲ੍ਹਿਆ ਸੀ। ਸਾਡੇ ਤੋਂ ਵੀ ਐਡਵਾਂਸ ਸੀਗੇ ਉਹ, ਅੱਜ ਅਸੀਂ ਆਪਣੇ ਆਪ ਨੂੰ ਐਡਵਾਂਸ ਸਮਝਦੇ ਹਾਂ, ਕੱਪੜੇ ਪਾ ਕੇ, ਹੇਅਰ ਸਟਾਈਲ ਬਣਾ ਕੇ, ਅਸੀਂ ਹਜੇ ਵੀ ਗੁਰੂ ਸਾਹਿਬ ਤੋਂ ਵਾਂਝੇ ਰਹਿ ਗਏ ਹਾਂ। ਕਿਉਂਕਿ ਉਹਨਾਂ ਨੇ 500 ਸਾਲ ਪਹਿਲਾਂ ਦਵਾਖਾਨਾ ਬਣਾਇਆ ਸੀ ਕੋੜੀਆਂ ਵਾਸਤੇ, ਕਿ ਜੇ ਕਿਸੇ ਪਰਿਵਾਰ ਨੂੰ ਜ਼ਰੂਰਤ ਹੈ ਤਾਂ ਉਹਦੇ ਵਾਸਤੇ ਦਵਾਖਾਨਾ ਖੁੱਲ੍ਹਿਆ ਸੀ ਕਿ ਦਵਾਈਆਂ ਇੱਥੋਂ ਫ੍ਰੀ ਲੈਣ। ਅਸੀਂ ਆਪਣੇ ਗੁਰੂਆਂ ਦੇ ਚਲਾਏ ਹੋਏ ਰਸਤੇ 'ਤੇ ਤਾਂ ਚੱਲ ਸਕਦੇ ਹਾਂ। ਬਾਕੀ ਅੱਜ ਸਾਡੀ ਟੀਮ ਜ਼ਰੂਰ ਤੁਹਾਨੂੰ ਇੰਟਰੋਡਿਊਸ ਕਰਾਏਗੀ ਕੇਸਾਂ ਦੇ ਨਾਲ, ਸਾਰਾ ਦੱਸੇਗੀ। ਇਹ ਰਜਿੰਦਰਾ ਹੋਸਪਿਟਲ ਬੈਠਦੇ ਆ ਰੋਜ਼, ਮਤਲਬ ਰਜਿੰਦਰਾ ਹੋਸਪਿਟਲ ਦੇ ਵੀ ਮੈਂ ਜਦੋਂ ਆਇਆ ਉੱਥੋਂ ਗੱਡੀ ਕ੍ਰੋਸ ਕੀਤੀ ਤਾਂ ਉਹਨੇ ਕਿਹਾ ਨਮੋਹ ਲੈਣ ਜੀ ਉਦੋਂ ਆਇਆ, ਤਾਂ ਉਹ ਵੀਰ ਨੇ ਕੁਛ ਨਹੀਂ ਸੁਣਿਆ, ਕਹਿੰਦਾ ਹਾਂਜੀ ਵੀਰ ਜੀ ਆ ਜਾਓ। ਮਤਲਬ ਇੱਥੇ ਇਕੱਲੇ ਇਕੱਲੇ ਕਣ ਦਾ, ਇਕੱਲੇ ਇਕੱਲੇ ਹਵਾ ਦਾ ਵੀ ਰਜਿੰਦਰਾ ਦੀ ਆ, ਪੂਰੇ ਪੰਜਾਬ ਦੇ ਹੋਸਪਿਟਲਾਂ ਦਾ ਧੰਨਵਾਦ ਜਿਹੜੇ ਇਨਸਾਨੀਅਤ ਦੀ ਸੇਵਾ ਲਈ ਅੱਗੇ ਆ ਰਹੇ ਆ। ਬਾਕੀ ਸਾਡੇ ਪਟਿਆਲੇ ਤੋਂ ਗੁਰਸੇਵਕ ਵੀਰ ਜੀ ਨੇ, ਜਿਨ੍ਹਾਂ ਨੇ ਇਸ ਟੀਮ ਨੂੰ ਵਧਾਉਂਦੇ ਵਧਾਉਂਦੇ, ਤੁਸੀਂ ਦੇਖੋ ਅੱਜ ਕਿੰਨੀ ਵੱਡੀ ਟੀਮ ਬਣਾ ਲਈ ਪੂਰੀ ਪਟਿਆਲੇ ਦੀ। ਅਤੇ ਮੈਂ ਗੁਰਸੇਵਕ ਵੀਰ ਜੀ ਨੂੰ ਕਹਾਂਗਾ ਕਿ ਵੀਰ ਜੀ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਪਟਿਆਲੇ ਵਾਲੀ ਸੰਗਤ ਤੋਂ ਮਾਫ਼ੀ ਮੰਗਾਂਗਾ, ਕਿਉਂਕਿ ਕੱਲ੍ਹ ਹੀ ਮੈਨੂੰ ਕੋਲ ਗਾਣੀਆਂ ਸ਼ੁਰੂ ਹੋਣਗੀਆਂ ਵੀ ਅਨਮੋਲ ਭਾਅ ਜੀ ਆਏ, ਤੁਸੀਂ ਸਾਨੂੰ ਦੱਸਿਆ ਨੀਗਾ, ਕਿਉਂਕਿ ਐਮਰਜੈਂਸੀ ਪ੍ਰੋਗਰਾਮ ਬਣਿਆ ਭਾਅ ਜੀ ਦਾ ਉਰੇ ਆਉਣ ਦਾ ਅਤੇ ਇੱਥੋਂ ਲਾਈਵ ਆਉਣ ਦਾ, ਅਤੇ ਦੁਬਾਰਾ ਫਿਰ ਮੈਂ ਮਾਫ਼ੀ ਮੰਗਾਂਗਾ ਵੀ ਮੈਨੂੰ ਵੀ ਨਹੀਂ ਇਹਦਾ ਪ੍ਰੋਪਰ ਪਤਾ ਸੀ ਭਾਅ ਜੀ ਨੇ ਇੱਥੇ ਆਉਣਾ, ਅਤੇ ਜੇ ਹੁੰਦਾ ਤਾਂ ਮੈਂ ਸਭ ਨੂੰ ਇਨਵਾਈਟ ਕਰਦਾ ਅਤੇ ਜਿੰਨਿਆਂ ਨੂੰ ਵੀ ਕਰ ਸਕੇ ਮੌਕੇ 'ਤੇ ਤਾਂ ਪਹੁੰਚ ਚੁੱਕੇ ਨੇ। ਬਾਕੀ ਪਟਿਆਲੇ ਵਾਲੀ ਸੰਗਤ ਨੂੰ ਇੱਕੋ ਹੀ ਗੱਲ ਬੇਨਤੀ ਆਪਾਂ ਵਾਰ ਵਾਰ ਕਰਾਂਗੇ ਵੀ ਡੋਨੇਸ਼ਨ ਵਾਸਤੇ ਭਾਵੇਂ ਆਓ ਚਾਹੇ ਨਾ ਆਓ, ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅਤੇ ਇੱਥੇ ਆ ਕੇ ਕੰਮ ਕਰਨ ਦਾ ਤਰੀਕਾ ਦੇਖਿਆ ਕਰੋ।
ਕੱਲ ਵੀ ਕੱਲ ਦੀ ਲਾਈਵ 'ਚ ਤੁਹਾਨੂੰ ਦੇਖਿਆ ਹੀ ਹੋਣਾ ਵੀ ਕੱਲ ਸਾਡੇ ਕੋਲ 7 ਪੇਸ਼ੈਂਟ ਸੀਗੇ ਤੇ ਅਸੀਂ 4 ਦਾ ਹੱਲ ਕਰਾ ਪਾਏ ਆ। ਉਹਦੇ 'ਚ ਵੀ 150 ਪੇਸ਼ੈਂਟ ਡੋਨਰਾਂ ਨੂੰ ਫੋਨ ਕੀਤਾ ਸੀਗਾ ਤੇ ਸਾਡੇ ਕੋਲ ਸਿਰਫ 3500 ਦੇ ਡੋਨਰ ਆਏ ਸੀਗੇ। ਕੱਲ ਇੰਨਾ ਕੁ ਮਨ ਖਰਾਬ ਸੀਗਾ ਤੇ ਭਾਅ ਜੀ ਨੂੰ ਜਦੋਂ ਇਹ ਗੱਲ ਦੱਸੀ ਤੇ ਭਾਅ ਜੀ ਕੋਲ ਰਿਹਾ ਨਹੀਂ ਗਿਆ ਤੇ ਭਾਅ ਜੀ ਵੀ ਇੱਥੇ ਇਹ ਚੀਜ਼ ਨੂੰ ਪਰਖਣ ਵਾਸਤੇ ਦੇਖਣ ਵਾਸਤੇ ਉਰੇ ਆਏ ਨੇ। ਜਦੋਂ ਉਰੇ ਆ ਕੇ ਦੇਖਿਆ ਵੀ ਘੱਟੋ ਘੱਟ 17-18 ਮਰੀਜ਼ ਬੈਠੇ ਹੈਗੇ ਆ। ਭਾਅ ਜੀ ਤੁਸੀਂ ਦੇਖਿਆ ਭਾਅ ਜੀ 17-18 ਮਰੀਜ਼ ਬੈਠੇ ਆ, ਕਿਸੇ ਦਾ ਚੰਡੀਗੜ੍ਹ ਤੋਂ ਇਲਾਜ ਚੱਲ ਰਿਹਾ, ਉਹਨਾਂ ਦੀ ਵੀ ਦਵਾਈ ਮੈਡੀਸਨ ਜਿਹੜੀ ਆ ਉਹ ਭਾਅ ਜੀ ਇਸ਼ੂ ਭਾਈ ਸਾਨੂੰ ਉੱਥੋਂ ਦਵਾਈ ਜਾਂਦੇ ਉਹਨਾਂ ਨੂੰ, ਅਤੇ ਜਿਹੜੇ ਇੱਥੇ ਬੈਠੇ ਆ ਉਹ ਜਿੰਨੀ ਕੁ ਵੀ ਕਿਰਪਾ ਤੁਹਾਡੇ ਸਹਿਯੋਗ ਨਾਲ ਚੱਲਣਾ, ਅਸੀਂ ਇਕੱਲੇ ਕੁਛ ਨਹੀਂ ਕਰ ਸਕਦੇ, ਜਿੰਨਾ ਵੀ ਤੁਹਾਡਾ ਸਹਿਯੋਗ ਮਿਲੇਗਾ ਅਤੇ ਅਸੀਂ ਕਰੀ ਜਾਵਾਂਗੇ। ਅਤੇ ਕਮੈਂਟ ਬੋਕਸ ਤੁਹਾਡੇ ਕੋਲ ਆ, ਤੁਸੀਂ ਜੋ ਵੀ ਸੁਜੈਸ਼ਨ ਦੇਣੀ ਆ ਜਾਂ ਅਸੀਂ ਸਹੀ ਕਰ ਰਹੇ ਹਾਂ ਜਾਂ ਗਲਤ ਕਰ ਰਹੇ ਤੁਸੀਂ ਕਮੈਂਟ ਬੋਕਸ 'ਚ ਦੱਸ ਸਕਦੇ ਹੋ। ਬਾਕੀ ਬਹੁਤ ਬੇਨਤੀ ਕਰਾਂਗਾ ਮੈਂ ਪਟਿਆਲੇ ਦੀ ਸੰਗਤ ਨੂੰ ਕਿ ਜ਼ਰੂਰ ਇਹਨਾਂ ਵੀਰਾਂ ਦਾ ਸਾਥ ਦਿੱਤਾ ਜਾਵੇ, ਆਪਣਾ ਬਹੁਤ ਕੀਮਤੀ ਟਾਈਮ ਕੱਢ ਕੇ ਰੋਜ਼ ਇਹਨਾਂ ਪੇਸ਼ੈਂਟਾਂ ਲਈ ਖੜੇ ਨੇ ਜਿਹੜੇ ਕੁਛ। ਇੱਕ ਮਾਤਾ ਜੀ ਨੇ ਮਿਲਾਇਆ ਮੈਨੂੰ ਇਹਨਾਂ ਨੇ, ਉਹ ਮਾਤਾ ਜੀ ਬੈਠੇ ਨੇ ਅੱਜ ਮਾਤਾ ਜੀ। ਇਹ ਮਾਤਾ ਜੀ ਦੀਦੀ ਪਿਛਲੇ 2 ਮਹੀਨਿਆਂ ਤੋਂ ਆਪਣੇ ਬੇਟੇ ਦੇ ਇਲਾਜ ਲਈ ਅਸੀਂ ਹੋਸਪਿਟਲ 'ਚ ਬੈਠੇ ਨੇ, ਔਰ ਤੁਸੀਂ ਸੋਚੋ ਕਿ ਮੈਨੂੰ ਵੀਰੇ ਉਹਨਾਂ ਨੇ ਦੱਸਿਆ ਕਿ 2 ਮਹੀਨਿਆਂ ਤੋਂ ਇਸ ਮਾਂ ਨੇ 2 ਸੂਟ ਹੀ ਬਦਲ ਬਦਲ ਕੇ ਪਾਏ। ਤੁਸੀਂ ਸੋਚੋ ਉਹਨਾਂ ਦੇ ਹਾਲਾਤ ਕੀ ਕਰਦੇ, ਉਹਨਾਂ ਦੇ ਪਿੱਛੋਂ ਕੋਈ ਜੀ ਨਹੀਂ ਉਹਨਾਂ ਨੂੰ ਪੁੱਛਣ ਆਇਆ, ਹਾਲ ਚਾਲ ਪੁੱਛਣ, ਉਹਨਾਂ ਦਾ ਇੱਕ ਜਵਾਨ ਮੁੰਡਾ ਅੰਦਰ ਐਡਮਿਟ ਹੈ। ਦਵਾਈਆਂ ਦੀ ਸਾਰੀ ਸੇਵਾ ਪਟਿਆਲੇ ਦੀ ਸੰਗਤ ਵੱਲੋਂ ਹੋ ਰਹੀ ਹੈ, ਅਸੀਂ ਨਹੀਂ ਕਹਾਂਗੇ ਸਾਡੀ ਐਨ ਜੀ ਓ ਵੱਲੋਂ ਹੋ ਰਹੀ ਹੈ। ਜੇ ਅੱਜ ਇਹ ਡੋਨਰ ਇੱਥੇ ਖੜ੍ਹੇ ਨੇ ਸ਼ਾਇਦ ਇਹ ਦੀਦੀਆਂ ਨੂੰ ਵੀ ਪਤਾ ਕਿ ਇੱਥੇ ਇਹਨਾਂ ਦੇ ਖੜ੍ਹਨ ਦਾ ਰੋਲ ਕੀ ਹੈ। ਅਸਲ ਦੇ ਵਿੱਚ ਰੋਲ ਬਹੁਤ ਵੱਡਾ, ਕਿਉਂਕਿ ਜਿਹੜੀ ਇਹਨਾਂ ਵੱਲੋਂ ਸੇਵਾ ਕੀਤੀ ਗਈ ਆ ਪੇਸ਼ੈਂਟਾਂ ਨੂੰ, ਤੁਸੀਂ ਸੋਚੋ ਇਹਨਾਂ ਦੇ ਦਿਲ 'ਤੇ ਕੀ ਬੀਤਰੀ ਹੋਊਗੀ। ਮਤਲਬ ਕਦੋਂ ਤੋਂ ਤੁਹਾਡਾ ਮਰੀਜ਼ ਇੱਥੇ ਹੈਗਾ? ਅਤੇ ਕੀ ਹੋਇਆ ਸੀ ਇਹਨਾਂ ਨੂੰ? ਐਕਸੀਡੈਂਟ ਹੋ ਗਿਆ। ਅਤੇ ਦਵਾਈਆਂ ਦਵਾਈਆਂ ਤੁਹਾਡੇ ਕਿੰਨੇ ਕੁ ਪੈਸੇ ਲੱਗ ਗਏ ਹੁਣ ਤੱਕ? ਅੱਛਾ, ਬਾਕੀ ਸਾਰੇ ਪੈਸੇ ਆ ਐਨ ਜੀ ਵਾਲੇ ਲਾ ਰਹੇ? ਵਾਹਿਗੁਰੂ ਵਾਹਿਗੁਰੂ। ਬਹੁਤ ਬਹੁਤ ਕੋਈ ਪਿੱਛੇ ਪਤਾ ਕਰਨ ਨਹੀਂ ਜਿਹਦਾ ਕੋਈ ਵੀ ਨਹੀਂ ਮਾਤਾ ਜੀ, ਉਹਦਾ ਵਾਹਿਗੁਰੂ ਬੈਠਾ। ਆਹ ਦੇਖੋ ਸਾਰੇ ਤੁਹਾਡੇ ਰਿਸ਼ਤੇਦਾਰ ਹੀ ਖੜੇ ਨੇ। ਉਹੀ ਗੱਲ ਹੋ ਗਈ ਨਾ ਕਿ ਮਾਂ ਦੀ ਕੁੱਖੋਂ ਜੰਮ ਕੇ ਸਿਖਾਏ ਹੋਏ ਰਿਸ਼ਤੇ ਹੀ ਸਾਰੇ ਆਪਾਂ ਨੂੰ ਆਪਣੇ ਰਿਸ਼ਤੇ ਲੱਗਦੇ ਆ। ਆਹ ਤੇਰਾ ਡੈਡੀ ਹੈ, ਆਹ ਤੇਰੀ ਮੰਮੀ ਆ, ਤੇਰਾ ਮਾਮਾ ਆ, ਤੇਰਾ ਚਾਚਾ, ਤੇਰਾ ਭਰਾ ਹੈ। ਆਹ ਇਨਸਾਨ ਹੈ ਅਤੇ ਤੂੰ ਵੀ ਇਨਸਾਨ ਹੈ, ਤੇਰੇ 2 ਹੱਥ ਹੈ, ਇਹਦੇ ਵੀ 2 ਹੱਥ ਹੈ। ਉਹ ਬੱਚਾ ਜ਼ਿੰਦਗੀ 'ਚ ਕਦੀ ਵੀ ਕਿਸੇ ਨੂੰ ਬਗਾਨਾ ਨਹੀਂ ਸਮਝੂ। ਵਾਹਿਗੁਰੂ ਕੋਈ ਗੱਲ ਨਹੀਂ ਮਾਤਾ ਜੀ। ਮਾਤਾ ਜੀ ਦੇ ਬੁਢਾਪੇ ਦਾ ਸਹਾਰਾ ਜਦੋਂ ਇੱਕ ਬੇਟਾ ਬਣਦਾ ਤਾਂ ਉਦੋਂ ਉਹ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵੱਡਾ ਹੋ ਕੇ ਆਪਣਾ ਘਰ ਬਾਰ ਚਲਾਊਗਾ, ਪਰ ਜਦੋਂ ਉਹੀ ਮੰਜੇ 'ਤੇ ਬੈਠ ਜਾਵੇ ਤਾਂ ਤੁਸੀਂ ਸੋਚੋ ਉਹਦੇ ਪੈਸੇ ਕਿੱਥੋਂ ਆਉਣਗੇ। ਇੱਦਾਂ ਦੇ ਕਿੰਨੇ ਹੀ ਪਰਿਵਾਰ ਪਿੱਛੇ ਬੈਠੇ ਨੇ। ਦੱਸੋ ਇਹਨਾਂ ਦੀ ਪਟਿਆਲਾ ਟੀਮ, ਸਾਡੇ ਵੀਰ ਜੀ ਆ ਜਾਓ, ਸਾਡੇ ਵੀਰ ਜੀ ਪਟਿਆਲੇ ਦੀ ਟੀਮ ਤੋਂ ਅਤੇ ਬਹੁਤ ਰੈਗੂਲਰ ਟੀਮ ਨੇ। ਅਤੇ ਵੀਰ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਸਾਰਿਆਂ ਦਾ ਜੀ? ਬਹੁਤ ਬਹੁਤ ਥੈਂਕ ਯੂ। ਸਭ ਤੋਂ ਵੱਧ ਸੇਵਾ ਅੱਜ ਬੋਈ ਨੇ ਬਖਸ਼ੀ ਹੈ, ਕੋਹਲੀ ਸਵੀਟਸ ਤੋਂ 2 ਭਰਾਵਾਂ ਨੇ। ਐਜ਼ ਅ ਛੋਟੇ ਭਰਾ ਉਹਨਾਂ ਨੇ ਮੈਨੂੰ ਜਦੋਂ ਬੁਲਾਇਆ ਤਾਂ ਮੈਨੂੰ ਲੱਗਦਾ ਕਿ ਮੈਂ ਦਿਲ ਖੋਲ੍ਹ ਕੇ ਨਹੀਂ ਦਿਖਾ ਸਕਦਾ, ਪਰ ਮੈਂ ਆਹ ਦੇ ਹੱਥ ਜੋੜ ਸਕਦਾ ਇੰਨੇ ਪਿਆਰ ਲਈ। ਔਰ ਇਹ ਪਿਆਰ ਸਿਰਫ ਇਹ ਪੇਸ਼ੈਂਟਾਂ ਦੇ ਕਿ ਇਹਨਾਂ ਦੇ ਘਰ ਪਰਿਵਾਰ ਦੇ ਸਾਰੇ ਜੀ ਠੀਕ ਰਹਿਣ। ਬਾਕੀ ਦੱਸੋ ਪੇਸ਼ੈਂਟਾਂ ਬਾਰੇ? ਲੁਧਿਆਣੇ ਤੋਂ ਭਾਅ ਜੀ ਪੇਸ਼ੈਂਟ ਆਪਣੇ ਕੋਲ। ਅੱਛਾ ਜੀ। ਇਹਨਾਂ ਦੇ ਮੂੰਹੇ ਸੁਣਦਿਆਂ ਨੇ ਕਿੰਨੀ ਕੁ ਹੈਲਪ ਹੋ ਚੁੱਕੀ ਹੈ ਇਹਨਾਂ ਦੇ, ਇਹਨਾਂ ਦੀ ਵਾਈਫ ਨੂੰ ਕੈਂਸਰ ਹੈ। ਅੱਛਾ ਜੀ। ਕਿੰਨੀ ਵਾਰੀ ਉਰੇ ਆ ਚੁੱਕੇ ਨੇ, ਕਿੰਨੀ ਵਾਰੀ ਹੈਲਪ ਹੋ ਚੁੱਕੀ ਹੈ ਭਾਈ? ਦੱਸੋ ਜੀ, ਮੈਂ ਇੱਕ ਗੱਲ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਰਨਾ, ਅਤੇ ਦੂਜੀ ਗੱਲ ਹੈਗੀ ਹੈ, ਪਹਿਲੇ ਜਿਹੜੀ ਮੇਰੀ ਕੇਸ ਹੋਇਆ ਸੀ, ਮੇਰੇ ਮੁੰਡੇ ਦਾ ਕੇਸ ਹੋਇਆ ਸੀ, ਉਹ ਉਹਨੂੰ ਹੋ ਗਏ 1.5 ਸਾਲ ਹੋ ਗਿਆ ਜੀ। ਇਹਨਾਂ ਦਾ ਇਲਾਜ ਵੀ ਮੇਰੇ ਲੁਧਿਆਣੇ 'ਚ ਹੀ ਹੋਇਆ ਸੀ, ਉਹਦੀ ਰੀੜ੍ਹ ਦੀ ਹੱਡੀ ਮੰਨੀ ਹੋਈ ਸੀ, ਅਤੇ ਇਹਨਾਂ ਨੇ ਐਨ ਜੀ ਓ ਦੇ ਅਮੋਲ ਭਾਅ ਜੀ ਨੇ ਇਲਾਜ ਕਰਵਾਇਆ ਸੀ। ਹੁਣ ਦੂਜੀ ਵਾਰੀ ਜਦੋਂ ਆਏ, ਹੁਣ 1 ਸਾਲ ਹੋ ਗਿਆ, ਮੇਰੀ ਜਨਾਨੀ ਦੀ ਕੈਂਸਰ ਦਾ ਹੈਗਾ, ਕੈਂਸਰ ਜੀਭ 'ਤੇ ਸੀਗਾ, ਹੁਣ ਗਲੇ 'ਤੇ ਆ ਗਿਆ, ਸਾਹ ਤੋਂ ਇਲਾਜ ਚੱਲਦਾ ਪਿਆ ਜੀ ਇੱਥੇ।
ਉਹ ਵੀ ਇਹਨਾਂ ਦੀ ਟੀਮ ਤੋਂ ਹੀ ਹੋ ਰਿਹਾ ਜੀ। ਸਾਰੀ ਦਵਾਈਆਂ ਜਿੰਨਾ ਖਰਚਾ ਹੈਗਾ ਸਾਰਾ ਇਹੀ ਕਰਦੇ ਨੇ। ਵਾਹਿਗੁਰੂ ਉਹਨਾਂ ਨੂੰ ਦੁਆਵਾਂ ਦਿਓ ਜਿਨ੍ਹਾਂ ਦੇ ਸਬਕਾ ਹੋ ਰਿਹਾ ਸੀ ਨਹੀਂ ਕਰ ਰਹੇ, ਕਰਾਉਣ ਵਾਲੀ ਉਹ ਸੰਗਤ। ਵਾਹਿਗੁਰੂ ਤੁਹਾਨੂੰ ਬਹੁਤ ਸਮਤ ਬਖਸ਼ਣ, ਬਹੁਤ ਤੁਸੀਂ ਖੁਸ਼ ਰਹੋ। ਪੈਸਿਆਂ ਕਰਕੇ ਕਿਸੇ ਦੇ ਪਰਿਵਾਰ ਦੇ ਵਿੱਚ ਦਵਾਈਆਂ ਨਾ ਆਉਣ, ਇਸ ਤੋਂ ਵੱਡਾ ਦੁਨੀਆਂ ਦੇ ਵਿੱਚ ਦੁੱਖ ਨਹੀਂ ਹੈ। ਜੇ ਤੁਹਾਡੇ ਕੁਛ ਪੈਸੇ ਨਾਲ ਕਿਸੇ ਦੇ ਪਰਿਵਾਰ ਦੇ ਵਿੱਚ ਦਵਾਈਆਂ ਜਾ ਸਕਦੀਆਂ ਤਾਂ ਇਹ ਪੁੱਲ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਖੱਟਣਾ ਚਾਹੀਦਾ। ਇਸ ਐਨ ਜੀ ਓ ਦਾ ਕੰਟੈਕਟ ਨੰਬਰ ਹੈਗਾ 7888-9168-849। ਇਸ ਐਨ ਜੀ ਓ ਦਾ ਕੋਈ ਵੀ ਇੱਕ ਮੈਂਬਰ ਨਹੀਂ ਹੈਗਾ ਕਿ ਆਪਾਂ ਕਹੀਏ ਕਿ ਇਹੀ ਮੈਂਬਰ ਹੈ, ਇੰਨੇ ਸਾਰਾ ਕੁਛ ਕਰਨਾ। ਤੁਸੀਂ ਸਾਰੇ ਅੱਗੇ ਆ ਕੇ ਇਸ ਐਨ ਜੀ ਓ ਦੇ ਮੈਂਬਰ ਬਣੋ, ਸਮਝੋ ਇਹ ਐਨ ਜੀ ਓ ਕਿੱਦਾਂ ਚੱਲਦੀ ਹੈ ਕਿੱਦਾਂ ਨਹੀਂ, ਅਤੇ ਕਿਸੇ ਪੇਸ਼ੈਂਟ ਦੇ ਪਰਿਵਾਰ ਲਈ ਜ਼ਰੂਰ ਖੜੋ। ਬਾਕੀ ਹੋਰ ਦੱਸੋ ਵੀਰ ਜੀ, ਕਿਹੜੇ ਕਿਹੜੇ ਪੇਸ਼ੈਂਟ ਤੁਹਾਡੇ ਕੋਲ? ਆਹ ਵੀਰ ਹੈ ਫਤਿਹਗੜ੍ਹ ਤੋਂ। ਅੱਛਾ ਜੀ, ਤੁਹਾਡਾ ਵੀਰ ਜੀ ਕੌਣ ਹੈ? ਇਹਨਾਂ ਦੇ ਚੁੱਲ੍ਹੇ ਦਾ ਪ੍ਰੇਸ਼ਨ ਹੋ ਚੁੱਕਿਆ, ਅੱਗੇ ਦਵਾਈਆਂ ਜੋ ਕਿ ਪੈਸੇ ਨਹੀਂ ਸੀ, ਬਾਕੀ ਜਿਹੜੀ ਦਵਾਈਆਂ ਸੀ ਅਨਮੋਲ ਐਨ ਜੀ ਓ ਵੱਲੋਂ ਕਰਵਾਈ ਜਾ ਰਹੀ ਵੱਲੋਂ ਕਰਵਾਈ ਜਾ ਰਹੀ। ਦੱਸੋ ਭਾਅ ਜੀ। ਕੌਣ ਹੈ ਮਰੀਜ਼, ਕੌਣ ਆਪਕਾ? ਪਾਪਾ। ਕਿੰਨਾ ਪੈਸਾ ਲੱਗਿਆ ਆਪਕਾ ਅਭੀ ਤੱਕ? ਹੋ ਰਹੀ ਹੈ ਮਦਦ ਆਪਕੀ? ਵਾਹਿਗੁਰੂ। ਉਹ ਵੀਰ ਜੀ ਆ ਜਾਓ, ਵੀਰ ਜੀ ਆ ਜਾਓ। ਇਹ ਵੀਰ ਜੀ ਰਿਕਸ਼ਾ ਚਲਾਉਂਦੇ ਆ, ਹੱਥ ਟੁੱਟ ਗਿਆ ਸੀ, ਰਾਡ ਪੈਣੀ ਸੀ ਦੇ ਵਿੱਚ, ਤੇ ਘਰ ਪਏ ਹੋਏ ਸੀਗੇ। ਸਾਨੂੰ ਸਾਡੇ ਡੋਨਰ ਨੇ ਕੇਸ ਦਿੱਤਾ ਸੀਗਾ। ਕੀ ਬਾਤ ਹੈ! ਅਗਲੇ ਦਿਨ ਹੀ ਕੇਸ ਹੋ ਗਿਆ ਸੀ, ਇਲਾਜ ਚੱਲ ਰਿਹਾ ਜੀ, ਇਲਾਜ ਚੱਲ ਰਿਹਾ ਜੀ, ਆਪਰੇਸ਼ਨ ਹੈ ਜੀ ਇਸ ਵੇਲੇ। ਵਾਹਿਗੁਰੂ। ਤੁਸੀਂ ਰਿਕਸ਼ਾ ਚਲਾਉਂਦੇ ਹੋ? ਹਾਂਜੀ। ਤੇ ਕਿੰਨੇ ਪੈਸੇ ਲੱਗਣੇ ਸੀ ਇਲਾਜ ਦੇ ਟੋਟਲ? ਡਾਕਟਰਾਂ ਨੇ ਤਾਂ ਜੀ 25,000 ਰੁਪਏ ਕਰ ਸੀ। ਤੇ 25,000 ਤੁਹਾਡੇ ਕੋਲ ਸੀਗਾ? ਨਹੀਂ ਜੀ, ਮੇਰੇ ਕੋਲ ਤਾਂ ਨਹੀਂ ਸੀ। ਦੇਖਾ ਬੇਟਾ, ਅੱਜ ਆਪਨੇ ਕਿਆ ਕੀਆ, ਇਹ ਰਿਕਸ਼ਾ ਚਲਾਤੇ ਹੈ ਔਰ ਇਨਕੇ ਰੋਡ ਪੜਨੀ ਔਰ ਇਨਕੇ ਪਾਸ ਰੋਡ ਡਲਵਾਨੇ ਕੇ ਲਈ ਪੈਸੇ ਨਹੀਂ ਦੇ। ਮੇਰੇ ਨਾਲ ਮੈਨੂੰ ਪਤਾ ਚੱਲਿਆ ਜੀ ਤੁਹਾਡਾ ਜੀ। ਵਾਹਿਗੁਰੂ। ਮੈਂ ਆ ਗਿਆ ਜੀ ਪਤਾ ਕਰਕੇ। ਇਹਨਾਂ ਬੱਚਿਆਂ ਨੂੰ ਦੁਆਵਾਂ ਦਿਓ ਜਿਨ੍ਹਾਂ ਦੇ ਸਦਕਾ ਸਭ ਕੁਝ ਹੋ ਰਿਹਾ, ਉਹ ਪਰਿਵਾਰਾਂ ਨੂੰ ਜਿਹੜੇ ਤੇ ਮੇਰੇ ਕੋਲ ਤਾਂ ਕਿਰਾਏ ਜੋਗੇ ਪੈਸੇ ਨਹੀਂ ਜੀ, ਮੈਂ ਟੁਰ ਕੇ ਪਿੱਛੇ ਤੱਕ ਪੈਦਾ ਕਰਦਾ ਰਿਹਾ ਜੀ। ਵਾਹਿਗੁਰੂ। ਮੇਰਾ ਭੈਣ ਭਰਾ ਕੋਈ ਨਹੀਂ ਉੱਠਾ ਜੀ ਮੇਰੀ ਮਦਦ। ਆਹ ਦੇਖੋ ਏਡਾ ਵੱਡਾ ਭਰਾ ਤੁਹਾਡਾ ਖੜਾ। ਮੈਂ ਤਾਂ ਰੱਬ ਨੇ ਜੀ ਬੋਲ ਨਹੀਂ ਵਾਹਿਗੁਰੂ। ਸੱਚ ਹੈ, ਇਹ ਸ਼ਬਦ ਸੱਚ ਹੈ। ਜਿਹੜਾ ਕਿਸੇ ਰੱਬ ਨੇ ਜੀ, ਮੈਂ ਤਾਂ ਮੌਤ ਨੂੰ ਦੇਖ ਰਿਹਾ ਸੀ। ਬਹੁਤ ਸਟੋਰੀਆਂ ਨੇ ਇੱਦਾਂ ਦੀ। 25,000 ਰੁਪਏ ਕਿੱਥਾ ਮੈਂ ਖੋਲਿਆ ਯਾਰ, ਗਿੱਲੇ ਹੋ ਰਹੇ ਨੇ। ਆ ਜਾਓ ਅੱਗੇ ਆ ਜਾਓ, ਬਾਰਿਸ਼ ਆ ਰਹੀ ਹੈ ਉਧਰ ਵੀ, ਆ ਪਿੱਛੇ ਆ ਜਾਓ ਪਿੱਛੇ ਵੀ ਬਾਰਿਸ਼। ਇਹਨਾਂ ਦਾ ਬੱਚਾ 28 ਦਿਨ ਦਾ, ਆਪਣਾ 14 ਦਿਨ ਦਾ ਸੀ ਜਦੋਂ ਸਾਡੇ ਕੋਲ ਆਏ ਸੀ, ਹੁਣ 1 ਮਹੀਨਾ ਤੇ 10 ਦਿਨ ਹੋ ਗਏ, ਉਹਦੇ ਦਾ ਇਲਾਜ ਨਾਲ ਇੱਥੇ ਚੱਲ ਰਿਹਾ। ਵਾਹ, ਬੱਚਾ ਹੁੰਦੇ ਸਰ ਮੈਂ ਚੰਗਾ। ਹੋਰ ਹੀ ਮਦਦ ਹੋ ਰਹੀ ਤੁਹਾਡੀ ਇਹਨਾਂ ਵੱਲੋਂ? ਦਵਾਈ ਮਿਲ ਰਹੀ ਹੈ? ਕੀ ਕੰਮ ਕਰਦੇ ਹੋ ਤੁਸੀਂ? ਦਿਹਾੜੀ ਕਰਦੇ ਪਟਿਆਲੇ ਵਾਲੀ ਟੀਮ ਵਾਸਤੇ ਤਾੜੀਆਂ ਹੋ ਜਾਣੀਆਂ, ਬਹੁਤ ਵਧੀਆ। ਪਰਮਾਤਮਾ ਇਸ ਐਨ ਜੀ ਓ ਦੇ ਸਾਰੇ ਟੀਮ ਮੈਂਬਰਾਂ ਨੂੰ, ਸਾਰੇ ਡੋਨਰਾਂ ਨੂੰ ਬਹੁਤ ਖੁਸ਼ਹਾਲ ਰੱਖਣ, ਇਹੀ ਦੁਆਵਾਂ ਕਰ ਸਕਦੇ ਹਾਂ। ਉਹਨਾਂ ਸਾਰੀਆਂ ਭੈਣ ਭਰਾਵਾਂ ਨੂੰ ਜਿਹੜੇ ਤੇ ਹੈਲਪ ਕਰਦੇ ਨੇ, ਜਾਂ ਜਿਹੜੇ ਲੈਣ ਆਉਂਦੇ ਨੇ, ਜਾਂ ਜਿੱਦਾਂ ਵੀ ਇਸ ਐਨ ਜੀ ਓ ਨਾਲ ਜੁੜੇ ਨੇ, ਜਾਂ ਵੀਡੀਓ ਸ਼ੇਅਰ ਕਰਦੇ ਨੇ, ਬਹੁਤ ਬਹੁਤ ਦਿਲੋਂ ਸਤਿਕਾਰ ਅਤੇ ਧੰਨਵਾਦ। ਬਾਕੀ ਆ ਸਾਡੀ ਨੌਜਵਾਨ ਪੀੜ੍ਹੀ ਦਾ, ਜਿਹੜੇ ਇੰਨੀ ਮਿਹਨਤਾਂ ਕਰਕੇ। ਕਿੱਥੇ ਬਾਈ ਦੂਜਾ? ਕਿੱਥੇ ਮਨੀਸ਼ ਜੀ ਆ ਜਾਓ, ਆ ਜਾਓ। ਮੈਂ ਜਿਹੜੀ ਡੈਡੀਕੇਸ਼ਨ ਅਤੇ ਜਿਹੜਾ ਜਜ਼ਬਾ ਇਹਨਾਂ ਦੇ ਵਿੱਚ ਦੇਖਿਆ ਨਾ ਸੇਵਾ ਦਾ, ਕੈਮਰੇ ਦੇ ਮੂਹਰੇ ਕਹਿੰਦਾ ਮੇਰੇ 'ਚ ਵੀ ਨਹੀਂ ਹੈਗਾ ਸੀ ਜਦੋਂ ਮੈਂ ਸ਼ੁਰੂ ਹੋਇਆ ਸੀ ਨਾ, ਇੰਨਾ ਕਰੰਟ ਸੇਵਾ ਨੂੰ ਲੈ ਕੇ ਜਿੰਨਾ ਇਹਨਾਂ ਦੇ ਵਿੱਚ। ਆ ਪਟਿਆਲੇ ਟੀਮ ਦੇ ਵਿੱਚ ਪੰਜਾਬ ਦੀ ਸਭ ਤੋਂ ਬੈਸਟ ਟੀਮ ਪਟਿਆਲੇ ਦੀ ਚੱਲ ਰਹੀ ਹੈ, ਲੁਧਿਆਣਾ ਵੀ ਹੈ, ਅੰਮ੍ਰਿਤਸਰ ਵੀ ਹੈ, ਮੋਗਾ ਵੀ ਹੈ, ਪਰ ਪਟਿਆਲੇ ਵਾਲਿਆਂ ਨੇ ਜੋ ਘੱਟ ਟਾਈਮ ਦੇ ਵਿੱਚ ਜੋ ਸਾਰਾ ਸਟਰਕਚਰ ਬਣਾਇਆ,
ਮਤਲਬ ਮੈਂ ਹੁਣ ਸਮਝ ਲਓ ਕਿ ਹੋਰ ਨਹੀਂ ਬਿਆਨ ਕਰ ਸਕਦਾ ਕਿ ਮਨੀਸ਼ ਮੁੰਡਾ ਬਾਈ ਆ ਜਾਓ ਵੀਰ ਆ ਜਾਓ ਇਹ ਬਾਈ ਹੋਣੀ ਮੈਨੂੰ ਤੁਸੀਂ ਯਕੀਨ ਕਰੋਗੇ ਕਿ ਮੈਨੂੰ ਕਈ ਵਾਰ ਇਹਨਾਂ ਦੇ ਅੰਦਰੋਂ ਇਹ ਵੀ ਨਹੀਂ ਪਤਾ ਹੁੰਦਾ ਕਿ ਆਪਣੀ ਮਹੀਨਾ ਮਹੀਨਾ ਦੋ ਦੋ ਮਹੀਨੇ ਗੱਲ ਨਹੀਂ ਹੁੰਦੀ ਪਰ ਜੋ ਇਹ ਅੰਦਰੋਂ ਸੇਵਾ ਕਰ ਰਹੇ ਨੇ ਨਾ ਮੁੰਡੇ ਇੱਥੇ ਖੜ੍ਹੇ ਹੋ ਕੇ ਮੈਂ ਕਹਿੰਦਾ ਇੰਨਾ ਕਰੰਟ ਕਿਸੇ 'ਚ ਨਹੀਂ ਦੇਖਿਆ ਮੈਂ ਅੱਜ ਤੱਕ ਜਿੰਨਾ ਇਹਦੇ ਵਿੱਚ ਦੇਖਿਆ ਇਹ ਬਾਈ ਨੂੰ ਮੈਂ ਕਦੀ ਮੈਂ ਇਹਦੇ ਮੂੰਹ 'ਤੇ ਤਾਰੀਫ ਨਹੀਂ ਕੀਤੀ ਪਰ ਅੱਜ ਮੈਂ ਕੈਮਰੇ 'ਤੇ ਕਰ ਰਿਹਾ ਮੈਂ ਇੱਥੇ ਨਹੀਂ ਕਰ ਰਿਹਾ ਇਹ ਸ਼ਖਸ ਉਹ ਨੇ ਜਿਹੜੇ ਆਪਣੇ ਤੋਂ ਪਹਿਲਾਂ ਦੂਜੇ ਦਾ ਸੋਚਦੇ ਨੇ ਇਹਨਾਂ ਨੂੰ 24 ਘੰਟੇ ਦੇ ਵਿੱਚੋਂ ਇਹ ਗੱਲਾਂ ਕੈਮਰੇ ਦੇ ਮੂਹਰੇ ਸਾਂਝੀਆਂ ਕਰਨ ਵਾਲੀਆਂ ਹੈਗੀਆਂ ਦੀਦੀ ਕਦੀ ਵਾਰ ਰਾਤ ਨੂੰ 12-1 ਵਜੇ ਕੋਈ ਪੇਸ਼ੈਂਟ ਆ ਜਾਵੇ ਨਾ ਤਾਂ ਇਹ ਬੰਦੇ ਉਹ ਨੇ ਜਿਹੜੇ 12 ਵਜੇ ਹੋਸਪਿਟਲ ਭੱਜ ਜਾਂਦੇ ਨੇ ਫੈਮਿਲੀ ਛੱਡ ਕੇ ਆ ਜਾਓ ਦੀਦੀ ਆ ਜਾਓ ਇਹ ਉਹ ਚਿਹਰੇ ਨੇ ਜਿਹੜੇ ਆਪਣਾ ਪਰਿਵਾਰ ਛੱਡ ਕੇ ਦੂਜਿਆਂ ਲਈ ਖੜੇ ਨੇ ਇਹਨਾਂ ਦਾ ਸਾਥ ਦੇਣਾ ਜ਼ਰੂਰ ਬਣਦਾ ਅਤੇ ਬਾਕੀ ਦੀਦੀ ਨੇ ਕੁਛ ਕਹਿਣਾ ਦੀਦੀ ਬਲੱਡ ਰਾਤ ਕੋ 2 ਵਜੇ ਨਾ ਇਨਕੋ ਗਲਤੀ ਸੇ ਮਿਸ ਕਾਲ ਕਰ ਦੋ ਕਿ ਯੇ ਜ਼ਰੂਰਤ ਹੈ ਤੋ ਯੇ ਐਸੇ ਹੋਤੇ ਹੈਂਗੇ ਹਮਾਰਾ ਬੱਚ ਚਲੇ ਤੋ ਉੜ ਕੇ ਆ ਜਾ ਮਤਲਬ ਯਾਰ ਸਮਝ ਲਓ ਕਿ ਰੱਬ ਦਾ ਦਰਜਾ ਆਪਾਂ ਕਹਿ ਸਕਦੇ ਕਿ ਮੈਂ ਰੱਬ ਨੂੰ ਕਦੀ ਦੇਖਿਆ ਨਹੀਂ ਪਰ ਮੈਂ ਇਹਨਾਂ ਵੀਰਾਂ ਦੇ ਵਿੱਚ ਜਜ਼ਬਾ ਕਰੰਟ ਇਸ ਸੇਵਾ ਨੂੰ ਲੈ ਕੇ ਬਹੁਤ ਜ਼ਿਆਦਾ ਤੇਜ਼ ਹੈ ਅਤੇ ਇਹਨਾਂ ਦਾ ਸਾਥ ਬਣਦਾ ਜ਼ਰੂਰ ਦਿਓ ਇਹਨਾਂ ਦੀ ਮਿਹਨਤ ਦਾ ਜਿਹੜਾ ਸਾਥ ਬਣਦਾ ਜ਼ਰੂਰ ਦਿਓ ਬਾਕੀ ਵੀਰ ਜ਼ਰੂਰ ਕੁਛ ਕਹਿਣਾ ਚਾਹੁੰਦੇ ਅਤੇ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਦੀਦੀ ਨੇ ਕਿਹਾ ਬਲੱਡ ਦੇਣ ਲਈ ਸਾਡੀ ਪੂਰੀ ਟੀਮ ਜਿਹੜਾ ਬਲੱਡ ਗਰੁੱਪ ਜੇ ਲੋੜਵੰਦ ਨੂੰ ਚਾਹੀਦਾ ਸਾਡੀ ਪੂਰੀ ਟੀਮ ਕਦੇ ਨਾ ਨਹੀਂ ਕਰਦੀ ਭਾਵੇਂ ਮੈਨੂੰ ਉਸ ਟਾਈਮ 2 ਮਹੀਨੇ ਹੋਏ ਸੀ ਬਲੱਡ ਦਿੱਤੇ ਬਟ ਬਲੱਡ ਕਿਸੇ ਨੂੰ ਬਲੱਡ ਕਹਿੰਦੇ ਨਾ ਰਕਤਦਾਨ ਮਹਾਂਦਾਨ ਬਸ ਉਹੀ ਗੱਲ ਮੰਨ ਕੇ ਚੱਲੀ ਹੈ ਕੋਈ ਕਮਜ਼ੋਰੀ ਨਹੀਂ ਹੁੰਦੀ ਕੋਈ ਕੁਛ ਨਹੀਂ ਜੋ ਮੇਰੀ ਮੰਨਣਾ ਹੈ ਅਤੇ ਮੈਂ ਕਦੇ ਵੀ ਕਿਸੇ ਨੂੰ ਬੀ ਪੋਜ਼ਿਟਿਵ ਮੇਰਾ ਬਲੱਡ ਗਰੁੱਪ ਹੈ ਮੈਂ ਦੇਣ ਲਈ ਹਮੇਸ਼ਾ ਤਿਆਰ ਹਾਂ ਜੇ ਕਿਸੇ ਨੂੰ ਲੋੜ ਪੈਂਦੀ ਹੈ ਦੂਜੀ ਗੱਲ ਵੀਰੇ ਰਜਿੰਦਰ ਆਣ ਦੀ ਗੱਲ ਰਹੀ ਤੁਸੀਂ ਡੋਨੇਸ਼ਨ ਕਰਨ ਲਈ ਨਾ ਆਓ ਸਾਨੂੰ ਸਿਰਫ ਪਰਖਣ ਲਈ ਆ ਜਾਓ ਕਿ ਅਸੀਂ ਉਹਦੇ ਕਰ ਕੀ ਰਹੇ ਹਾਂ ਐਟਲੀਸਟ ਤੁਸੀਂ ਅਨਮੋਲ ਭਾਈ ਅਸੀਂ ਇੱਦਾਂ ਦੇ ਬੰਦਿਆਂ ਨੂੰ ਬੁਲਾਉਂਦੇ ਹਾਂ ਕਿ ਤੁਸੀਂ ਇੱਕ ਵਾਰ ਆ ਕੇ ਤਾਂ ਦੇਖ ਲਓ ਇੱਕ ਜਸਟ ਇਨਵਾਈਟ ਕਰਦੇ ਹਾਂ ਕਿ ਆ ਕੇ ਦੇਖ ਲਓ ਵੈਸੇ ਅੱਜ ਜਿਹੜੀਆਂ ਹੁਣ ਇਸ ਬੰਦੇ ਦੇ ਅੰਦਰ ਭਾਵਨਾਵਾਂ ਬੋਲ ਰਹੀਆਂ ਨੇ ਇਹਨਾਂ ਦਾ ਕਾਰਨ ਦੱਸਦਾ ਇਹ ਮੇਰੇ 'ਚ ਬੋਲਦੀਆਂ ਹੁੰਦੀਆਂ ਸੀ ਮੈਂ ਬਾਈ ਨੂੰ ਇੰਪ੍ਰੈਸ ਕਰਨ ਦੀ ਵਜ੍ਹਾ ਪਤਾ ਕੀਤਾ ਮੈਂ ਆਪਣੇ ਹਿੱਸੇ 'ਚ ਤੜਪ ਇਹਨਾਂ ਨੂੰ ਦੇਤੀ ਮੈਂ ਹੋਸਪਿਟਲ ਦੇ ਵਿੱਚ ਜਦੋਂ ਕਿਸੇ ਮਰੀਜ਼ ਨੂੰ ਲੈ ਕੇ ਤੜਫਦਾ ਸੀ ਮੈਂ ਇਕੱਲਾ ਕਿੰਨਾ ਕੁ ਤੜਪਾਂ ਮੈਂ ਉਹ ਤੜਪ ਇਹਨਾਂ ਨੂੰ ਦੇਤੀ ਇਹਨਾਂ ਨੂੰ ਮਰੀਜ਼ ਦਿਖਾ ਤੇ ਤੜਪੋ ਆਪੇ ਹੁਣ ਇਹ ਆਪੇ ਤੜਪ ਕੇ ਬੋਲ ਰਹੇ ਨੇ ਜੋ ਬੋਲ ਰਹੇ ਨੇ ਸਿਖਾਈ ਹੋਈ ਕੋਈ ਗੱਲ ਨਹੀਂ ਭਾਜੀ ਇਹ ਤੜਪ ਨਹੀਂ ਇਹ ਨਸ਼ਾ ਹੈ ਜਿਹੜਾ ਤੁਸੀਂ ਲਾਤਾ ਲੋਕੀ ਚਿੱਟੇ ਦਾ ਨਸ਼ਾ ਲਾਉਂਦੇ ਨੇ ਅੱਜ ਮਰੀਜ਼ਾਂ ਦੇ ਦੁੱਖ ਦੂਰ ਕਰਨ ਦਾ ਨਸ਼ਾ ਲਾਇਆ ਪੂਰੀ ਜ਼ਿੰਦਗੀ ਇਹ ਨਸ਼ਾ ਚੱਲਦਾ ਰਹੂਗਾ ਸਾਡੀ ਪੂਰੀ ਟੀਮ ਇਹੀ ਕੰਮ ਕਰਦੀ ਰਹੂਗੀ ਕੀ ਬਾਤ ਸਾਡਾ ਸਾਡੀ ਸ਼ਾਨ ਪਟਿਆਲੇ ਦੀ ਜਿਸ ਹਿਸਾਬ ਨਾਲ ਇਹ ਉਮਰ ਹੈ ਨਾ ਬਾਈ ਦੀ ਉਸ ਹਿਸਾਬ ਨਾਲ ਤਾਂ ਇਹ ਕਿਤੇ ਸਮਝ ਲਓ ਕਿ ਹੁਣ ਬਸ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਬੰਦੇ ਉਹ ਨੇ ਜਿਨ੍ਹਾਂ ਲਈ ਸ਼ਬਦ ਮੁੱਕ ਗਏ ਮੇਰੇ ਕੋਲ ਆ ਜਾਓ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਸਤਿ ਸ਼੍ਰੀ ਅਕਾਲ ਇਹਨਾਂ ਨੂੰ ਇਹ ਲੈ ਕੇ ਆਉਣਾ ਲੈ ਜੀ ਚੈਨ ਜੋੜਨ ਵਾਲੇ ਵਾਹਿਗੁਰੂ ਵਾਹਿਗੁਰੂ ਇਹ ਦੇਖੋ ਕਿੰਨਾ ਵੱਡਾ ਥੈਂਕਸ ਹੈ ਪਰਿਵਾਰ ਦਾ ਇਹਨਾਂ ਨੇ ਇੱਕ ਹੈਲਪਿੰਗ ਐਂਡ ਸੋਸਾਇਟੀ ਨਿਸ਼ਕਾਮ ਸੇਵਾ ਸੋਸਾਇਟੀ ਹੈ ਉਹ ਸਮਿਤੀ ਜੋ ਵੀ ਜਿਹੜਾ ਸਤਸੰਗ ਕਰਕੇ ਫੰਡ ਵਗੈਰਾ ਇਕੱਠਾ ਕਰਦੇ ਆ ਉਹ ਵੀ ਪੇਸ਼ੈਂਟ ਤੇ ਲਗਾਉਣਾ ਸ਼ੁਰੂ ਕਰਤਾ ਇਸ ਤੋਂ ਵੱਡੀ ਮੈਂ ਕਹਿੰਦਾ ਕੋਈ ਗੱਲ ਨਹੀਂ ਹੋ ਸਕਦੀ ਇੰਨੇ ਇਨਫਲੂਐਂਸ ਹੋਇਆ ਮੈਂ ਵਰਡ ਨਹੀਂ ਹੈ ਮੈਂ ਤਾਂ ਯਾਰ ਤੁਹਾਨੂੰ ਦੇਖ ਕੇ ਇੰਨਾ ਇੰਪ੍ਰੈਸ ਹੋ ਜਾਂਦਾ ਇਹ ਬਾਈ ਨਾਲ ਨਾ ਮੇਰੀ ਕਦੀ ਲੱਗਦਾ
ਕਿ ਇਸ ਕਿਉਂਕਿ ਟੀਮ ਬਹੁਤ ਵੱਡੀ ਹੋਣ ਕਰਕੇ ਸਾਰਿਆਂ ਨਾਲ ਗੱਲ ਨਹੀਂ ਹੋ ਪਾਉਂਦੀ। ਇਹਨਾਂ ਨਾਲ ਗੱਲ ਕਦੀ ਨਹੀਂ ਹੋਈ, ਪਰ ਮੈਨੂੰ ਇੰਨਾ ਪਤਾ ਕਿ ਜਿਸ ਦਿਨ ਇਹਨਾਂ ਨੂੰ ਮੇਰੀ ਲੋੜ ਪਈ, ਇਹਨਾਂ ਨੇ ਕੋਈ ਕੰਮ ਕਹਿਤਾ ਤਾਂ ਮੈਂ ਰੱਬ ਨਾਲ ਲੜ ਜਾਊਂਗਾ ਇਹਨਾਂ ਪਿੱਛੇ, ਇੰਨਾ ਮੈਨੂੰ ਪਤਾ। ਭਾਈ ਤੁਸੀਂ ਇੱਥੇ ਆਏ ਹੋ ਦੇਖੋ ਕਿੰਨੇ ਬੰਦੇ ਆ ਗਏ, ਹੋਰ ਵੀ ਜ਼ਿਆਦਾ ਜੁੜ ਜਾਣਗੇ ਮੈਂਬਰ ਤੁਹਾਡੇ ਨਾਲ। ਨਹੀਂ ਨਹੀਂ ਆਹ ਵੀਰ ਜੀ ਆਓ, ਵੀਰ ਜੀ ਸਾਡੀ ਪਟਿਆਲੇ ਦੀ ਸ਼ਾਨ। ਦਾਦਾ ਸਤਿ ਸ਼੍ਰੀ ਅਕਾਲ ਜੀ, ਬਸ ਇਹੀ ਹੈ ਜੀ, ਪੇਸ਼ੈਂਟ ਦੀ ਹਮੇਸ਼ਾ ਰਹਿੰਦੀ ਆ, ਬਸ ਤੁਸੀਂ ਸਾਨੂੰ ਸਾਥ ਦਿਓ, ਡੋਨਰਾਂ ਦੀ ਕਮੀ ਹੈ, ਬਸ ਅਸੀਂ ਪੇਸ਼ੈਂਟ ਫੜੀ ਜਾਵਾਂਗੇ, ਪੇਸ਼ੈਂਟ ਦਾ ਟ੍ਰੀਟਮੈਂਟ ਕਰਵਾਉਣਾ ਜੋ ਉਹ ਸਾਡੀ ਜ਼ਿੰਮੇਵਾਰੀ ਹੈ, ਭਾਵੇਂ ਰਾਤ ਨੂੰ ਕਿਸੇ ਨੂੰ ਮਰੀਜ਼ ਨੂੰ ਲੋੜ ਹੈ, ਅਸੀਂ ਹਮੇਸ਼ਾ ਉਹਨਾਂ ਦੇ ਪੇਸ਼ੈਂਟ ਲਈ ਰੈਡੀ ਆ ਜੀ, ਬਸ ਤੁਸੀਂ ਆਪਣਾ ਸਾਥ ਦਿਓ, ਉਰੇ ਆਓ ਸਾਡੀ ਇੱਕ ਵਾਰ ਸੇਵਾ ਦੇਖੋ ਕਿਵੇਂ ਹੋ ਰਹੀ ਹੈ। ਅਨਮੋਲ ਭਾਅ ਜੀ ਇੱਕ ਸਾਡੀ ਗੱਲ ਹੈ, ਸਾਨੂੰ ਕੱਪੜੇ ਦੀ ਵੀ ਡਿਮਾਂਡ ਹੈ, ਹੁਕਮ। ਉਹ ਡਿਮਾਂਡ ਕੀ ਹੈ, ਸਾਨੂੰ ਸਿਰਫ ਦੁਆਵਾਂ ਅਤੇ ਹਿੰਮਤ ਦਿੰਦੇ ਰਹੋ, ਜਿਵੇਂ ਦੀਦੀ ਨੇ ਹੌਸਲਾ ਦਿੱਤਾ ਨਾ, ਇਹਦੇ ਨਾਲ ਇੰਨਾ ਕੁ ਅਸੀਂ ਚਾਰਜ ਹੋ ਜਾਂਦੇ ਹਾਂ ਨਾ, 2 ਵਜੇ ਛੱਡੋ ਪੂਰਾ ਦਿਨ ਸਾਨੂੰ ਹਸਪੀਟਲ ਕਢਾ ਲਓ, ਅਸੀਂ ਤਿਆਰ, ਸਾਨੂੰ ਕੋਈ ਟੈਨਸ਼ਨ ਨਹੀਂ ਹੈ, ਬਸ ਇਹੀ ਬਸ ਮੋਟੀਵੇਸ਼ਨ ਮਿਲਦੀ ਰਹੇ, ਕੁਛ ਹੋਰ ਦੋਨਾਂ ਤੋਂ ਇੱਕ ਹੌਸਲਾ ਵਧਾਈ ਦਿੰਦੇ ਰਹੋ ਕਿ ਹਾਂ ਯਾਰ ਤੁਸੀਂ ਕੰਮ ਵਧੀਆ ਕਰ ਰਹੇ ਹੋ, ਲੇਕਿਨ ਅਸੀਂ ਹੈਲਪ ਨਹੀਂ ਕਰ ਸਕਦੇ, ਬਟ ਅਸੀਂ ਤੁਹਾਡੇ ਨਾਲ ਖੜੇ ਹਾਂ, ਇੰਨੀ ਗੱਲ ਨਾਲ ਹੀ ਸਾਡਾ ਮੋਰਾਲ ਇੰਨਾ ਕੁ ਬੂਸਟ ਹੋ ਜਾਂਦਾ ਨਾ, ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਤੇਰਾ ਬੰਦਾ ਕਿਤੇ ਨਹੀਂ ਜਾਂਦਾ, ਉਹੀ ਪੋਜ਼ਿਟਿਵ ਐਟੀਟਿਊਡ ਨਾਲ ਮਰਨ ਵਾਲੇ ਬੰਦੇ ਵੀ ਠੀਕ ਹੋ ਜਾਂਦੇ, ਬਸ ਇਹੀ ਕਹਿਣਾ ਚਾਹੁੰਦਾ। ਇਹਨਾਂ ਨੇ ਤਾਂ ਮੈਨੂੰ ਵੀ ਸਪੀਚਲੈਸ ਕਰਤਾ ਅੱਜ, ਇਹ ਬਾਈ ਹੋਣਾ ਦੀ ਮਿਹਨਤ, ਪਰਮਾਤਮਾ ਕਰੇ ਕਿ ਸਾਡੇ ਏਸੀ ਦੀਆਂ ਖੁਸ਼ੀਆਂ ਵੀ ਇਹਨਾਂ ਨੂੰ ਮਿਲਣ, ਔਰ ਇਹ ਬਾਈ ਨੇ ਗੱਲ ਕੀਤੀ ਹਿੰਮਤ ਦੀ, ਬਾਈ ਘਰ ਦੇ ਵਿੱਚ ਕਿੰਨੀਆਂ ਮਾਵਾਂ ਬੈਠੀਆਂ ਦੁਆਵਾਂ ਮੰਗ ਰਹੀਆਂ ਜਿਨ੍ਹਾਂ ਦਾ ਇਲਾਜ ਇਸ ਪੂਰੀ ਟੀਮ ਵੱਲੋਂ ਹੋਇਆ, ਹਿੰਮਤ ਮੋਟੀਵੇਸ਼ਨ ਦੁਆਵਾਂ ਦੀ ਤਾਂ ਕਮੀ ਨਹੀਂ ਕਿਸੇ ਪਾਸੋਂ ਵੀ। ਦੇਖੋ ਦੀਦੀ ਬਾਰੇ ਚ ਜਿਸ ਚਾਹ ਨਾਲ ਉੱਠ ਕੇ ਆਏ, ਮੇਰਾ ਬੇਟਾ ਕਦੀ ਨਹੀਂ ਕਿਤੇ ਵੀ ਗਿਆ, ਮੰਦਿਰ ਵਗੈਰਾ ਕਿਤੇ ਨਹੀਂ, ਸਭ ਤੋਂ ਇੰਪੋਰਟੈਂਟ ਹੈ ਕਿ ਟਾਈਮ ਕਿਸੇ ਕੋਲ ਨਹੀਂ ਹੈਗਾ, ਤੁਸੀਂ ਟਾਈਮ ਦੇ ਰਹੇ ਹੋ, ਇਸ ਤੋਂ ਉੱਪਰ ਕੁਛ ਨਹੀਂ ਹੈਗਾ, ਬਾਕੀ ਸਾਰੀ ਚੀਜ਼ਾਂ ਨਾਲ ਨਾਲ ਜੁੜਦੀ ਜਾਂਦੀਆਂ, ਇੱਕ ਟਾਈਮ ਦੇਣਾ ਅਤੇ ਇੱਕ ਅੰਦਰੋਂ ਇੱਛਾ ਆਉਣੀ ਕਿ ਮੈਂ ਇਹ ਕੰਮ ਕਰਨਾ, ਉਸ ਤੋਂ ਉੱਪਰ ਕੁਛ ਨਹੀਂ ਹੈਗਾ, ਬਾਕੀ ਚੀਜ਼ਾਂ ਤੁਹਾਨੂੰ ਸਹਾਰਾ ਦੇਖੋ ਮਿਲਦਾ ਹੀ ਆ ਰਿਹਾ ਅਤੇ ਮਿਲਦਾ ਰਹੇਗਾ। ਮੈਨੂੰ 10 ਰੁਪਏ ਨਹੀਂ ਸੀ ਚੜਾਉਣ ਦੇ, ਇੱਥੇ ਮੈਨੂੰ ਕਦੀ ਨਹੀਂ ਰੋਕਿਆ, ਇਹ ਤਾਂ ਗੱਲ ਚੰਗੀ ਹੈ, ਮੈਨੂੰ ਸਹੀ ਗੱਲ ਹੈ, ਮੈਨੂੰ ਕਦੀ ਨਹੀਂ ਰੋਕਿਆ ਇਹਨੇ ਇੱਥੇ ਆਉਣ ਤੋਂ, ਬਹੁਤ ਖੁਸ਼ੀ ਹੋਈ ਹੈ। ਮੈਂ ਕਹਾਂ ਮੈਨੇ ਰਜਿੰਦਰਾ ਜਾਣਾ ਤੇ ਮੈਨੂੰ ਕਹਿ ਦਿੰਦੇ ਮੰਮਾ ਜਾਓ, ਵਾਹਿਗੁਰੂ। ਪਟਿਆਲੇ ਵਾਲਿਆਂ ਦਾ ਬਹੁਤ ਧੰਨਵਾਦ ਫਿਰ ਇਹ ਮੇਰੇ ਭਰਾਵਾਂ ਨੂੰ ਸਾਥ ਦੇਣ ਵਾਸਤੇ, ਇੱਕ ਸਮਝ ਲਓ ਕਿ ਅਸੀਂ ਹਰ ਜਗ੍ਹਾ ਨਹੀਂ ਪਹੁੰਚ ਸਕਦੇ, ਤਾਂ ਰੱਬ ਨੇ ਇਹ ਭਰਾ ਬਣਾ ਤੇ ਸਾਰੇ ਇੱਕ ਦੂਜੇ ਦੀ ਫੀਲਿੰਗ ਸਮਝਣ ਵਾਲੇ, ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਯਾਰ, ਜਿਨ੍ਹਾਂ ਨੇ ਇੰਨਾ ਕਰ ਕਰਕੇ ਇੰਨੇ ਲੋਕਾਂ ਦੀ, ਇੰਨੇ ਪੇਸ਼ੈਂਟਾਂ ਦੀ ਜਾਨ ਬਚਾਈ, ਬਚਾਉਣ ਵਾਲਾ ਵਾਹਿਗੁਰੂ ਹੈ, ਜ਼ਰੀਆ ਤੁਸੀਂ ਚੁਣੇ ਗਏ ਹੋ, ਜੇ ਇਸ ਵੀਰ ਦੀ ਮਾਇਆ ਵੱਲੋਂ ਕਿਸੇ ਮਰੀਜ਼ ਦੀ ਜਾਨ ਬਚਦੀ ਹੈ ਤਾਂ ਇਹ ਬਾਈ ਖੁਸ਼ਨਸੀਬ ਹੋਵੇ ਕਿ ਪਰਮਾਤਮਾ ਨੇ ਇਸ ਰੂਹ ਨੂੰ ਚੁਣਿਆ ਉਸ ਦੀ ਜਾਨ ਬਚਾਉਣ ਪਿੱਛੇ, ਤਾਂ ਤੁਸੀਂ ਵੀ ਇਹ ਰੂਹ ਬਣੋ ਅਤੇ ਜ਼ਰੂਰ ਇਸ ਐਨ ਜੀ ਓ ਨਾਲ ਜੁੜੋ ਕਿ ਪੰਜਾਬ ਦੇ ਵਿੱਚ ਕੋਈ ਵੀ ਮਰੀਜ਼ ਪੈਸਿਆਂ ਪੱਖੋਂ ਨਾ ਮਰੇ, ਇਸ ਐਨ ਜੀ ਓ ਦਾ ਕੋਈ ਵੀ ਅਕਾਊਂਟ ਨੰਬਰ ਨਹੀਂ ਹੈਗਾ, ਤੁਹਾਨੂੰ ਸੇਵਾ ਕਰਨ ਉੱਠ ਕੇ ਆਉਣਾ ਹੀ ਪੈਣਾ, ਆ ਕੇ ਡਾਇਰੈਕਟ ਪੇਸ਼ੈਂਟ ਨੂੰ ਦੇ ਕੇ ਪੈਸੇ ਜਾਂ ਦਵਾਈਆਂ ਜਾਂ ਹੋਸਪਿਟਲ ਜਮ੍ਹਾਂ ਕਰਾ ਕੇ ਜਾ ਸਕਦੇ ਹੋ। ਬਾਕੀ ਤੁਹਾਡੀ ਸੁਜੈਸ਼ਨ ਵਾਲੀ ਇਹ ਵੀਰ ਹਮੇਸ਼ਾ ਬੈਠੇ ਨੇ, ਕੰਮ ਕਰਨ ਨੂੰ ਇਹ ਬੈਠੇ ਨੇ, ਪਰ ਸਾਥ ਦੇਣ ਨੂੰ ਤੁਹਾਡੇ ਸਾਰਿਆਂ ਦਾ ਸਾਥ ਹੋਣਾ ਬਹੁਤ ਜ਼ਰੂਰੀ। ਬਾਕੀ ਹੋਰ ਕਿਸੇ ਵੀ ਦੂਜੀ ਗੱਲ ਭਾਈ ਮੈਂ ਗੱਲ ਕਰ ਰਿਹਾ ਸੀ, ਪੁੰਨ ਖੱਟਣਾ ਇੰਨਾ ਸੌਖਾ ਨਹੀਂ ਹੈ, ਇਹਨਾਂ ਨੇ ਇੱਕ ਮੋਟਿਵ ਉਠਾਇਆ ਕਿ ਆਪਾਂ ਨਾ ਹਰ ਸੰਡੇ ਜਾ ਕੇ ਨਾ ਰੋਟੀ ਖਵਾ ਕੇ ਆਉਣੀ ਆ, ਜਿਹੜੇ ਫੁੱਟਪਾਥ ਤੇ ਬੰਦੇ ਬੈਠੇ ਐਨ ਜੀ ਓ ਜਾਣ ਤੋਂ ਪਹਿਲੇ, ਅਸੀਂ ਬਹੁਤ ਗਏ, ਅਸੀਂ ਉਹਨਾਂ ਨੂੰ ਵੀ ਰੋਟੀ ਖਵਾਈ ਜਿਨ੍ਹਾਂ ਨੇ ਡਰਿੰਕ ਕਰੀ ਹੋਈ ਸੀ, ਜਿਹੜਾ 500 ਬੰਦਾ ਕਮਾ ਕੇ ਆਉਂਦਾ ਸੀ 300 ਦੀ ਦਾਰੂ ਪੀ ਲੈਂਦਾ ਸੀ, ਬਟ ਸਾਡੇ ਕੋਲ ਰੋਟੀ ਹੁਣ ਅਗਲਾ ਮੰਗ ਰਿਹਾ ਸੀ, ਨਾ ਨਹੀਂ ਕਰ ਸਕਦੇ, ਗਲਤ ਹੱਥਾਂ ਦੇ ਵਿੱਚ ਵੀ ਅਸੀਂ ਰੋਟੀ ਦਿੱਤੀ, ਲੇਕਿਨ
ਕਹਿੰਦੇ ਆ ਨਾ ਪੁੰਨ ਖੱਟਣਾ, ਫਿਰ ਕਦੇ ਕਦੇ ਐਂ ਹੁੰਦਾ ਸੀ ਸਾਨੂੰ ਬੰਦਾ ਹੀ ਨਹੀਂ ਮਿਲਦਾ ਸੀ, ਅਸੀਂ ਰੋਟੀ ਕਿਹਨੂੰ ਦੇ ਕੇ ਆਈਏ, ਅਸੀਂ ਗੁਰਦੁਆਰੇ ਦੇ ਬਾਹਰ ਜਾ ਕੇ ਰੋਟੀ ਵੰਡੀ। ਅਤੇ ਮੈਂ ਸਭ ਨੂੰ ਇਹੀ ਸੁਜੈਸ਼ਨ ਕਰਾਂਗਾ, ਜੇ ਪੁੰਨ ਖੱਟਣਾ ਇੰਨਾ ਸੌਖਾ ਨਹੀਂ ਹੈ, ਜੇ ਤੁਹਾਨੂੰ ਮੌਕਾ ਮਿਲ ਰਿਹਾ ਡਾਇਰੈਕਟ ਪੇਸ਼ੈਂਟ ਦੀ ਦੁਆਵਾਂ ਲੈਣ ਦਾ ਤਾਂ ਜ਼ਰੂਰ ਆ ਕੇ ਲਵੋ, ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ। ਬਸ ਵੀਰ ਇਹੀ ਇੱਕੋ ਵੀਰ ਨੂੰ ਬੁਲਾਓ, ਆ ਜਾਓ ਵੀਰੇ, ਆਪਣੀ ਰਿਸ਼ਤੇਦਾਰੀ ਅਸਲ ਦੇ ਵਿੱਚ ਇਹ ਬਾਈ ਪੂਰੀ ਕਰ ਰਿਹਾ, ਸਾਰੀ ਰਿਸ਼ਤੇਦਾਰੀ ਦੇ ਵਿੱਚ ਜਿੰਨੀ ਵੀ ਸੇਵਾ ਇਕੱਠੀ ਹੁੰਦੀ ਆ ਸਾਰੇ ਰਿਸ਼ਤੇਦਾਰਾਂ ਕੋਲੋਂ ਸੇਵਾ ਇਕੱਠੀ ਕਰਕੇ ਬਾਈ ਇੱਥੇ ਲੈ ਕੇ ਆਉਂਦਾ ਤੇ ਅੱਗੇ ਪੇਸ਼ੈਂਟ ਨੂੰ ਦੇਖ ਕੇ ਜਾਂਦਾ। ਵਾਹਿਗੁਰੂ। ਮੈਂ ਕਹਿੰਦਾ ਸਾਰੇ ਹੀ ਜੇ ਵੀਡੀਓ ਦੇਖਣ ਵਾਲੇ ਇੱਕ ਬੇਨਤੀ ਕਰਾਂਗਾ, ਅੱਜ ਕਦੀ ਕੀਤੀ ਨਹੀਂ ਹੱਥ ਜੋੜ ਕੇ, ਇੱਕ ਬੇਨਤੀ ਆ, ਨਵਰਾਤਰੇ ਚੱਲ ਰਹੇ, ਬੜਾ ਸ਼ੁਭ ਅਵਸਰ ਹੈ ਇਹ ਗੱਲ ਕਰਨ ਵਾਸਤੇ, ਰੋਜ਼ ਦੇ ਜਿੰਨੇ ਵੀ ਵੀਡੀਓ ਦੇਖ ਰਹੇ ਹੋ ਇਸ ਟਾਈਮ, 1000 ਬੰਦਾ 2000 ਬੰਦਾ ਜਿੰਨੇ ਵੀ ਬੰਦੇ ਵੀਡੀਓ ਦੇਖਦੇ ਹੋ, ਇੱਕ ਗੁੱਲਕ ਲਾ ਲਓ ਅੱਜ ਘਰੇ, ਉਹ ਗੁੱਲਕ ਦੇ ਵਿੱਚ ਰੋਜ਼ ਦਾ 1 ਰੁਪਿਆ, ਰੋਜ਼ ਦੇ 10 ਰੁਪਏ, ਰੋਜ਼ ਦਾ 100 ਰੁਪਿਆ, ਜਾਂ ਰੋਜ਼ ਦਾ 5000 ਰੁਪਿਆ, ਜਿੰਨੀ ਜਿੰਨੀ ਸਾਡੀ ਸਾਰਿਆਂ ਦੀ ਸ਼ਰਧਾ, ਉਹਨੇ ਪੈਸੇ ਉਸ ਗੁੱਲਕ 'ਚ ਪਾਉਣੇ ਸ਼ੁਰੂ ਕਰ ਦਿਓ, ਅਤੇ 1 ਮਹੀਨੇ ਬਾਅਦ ਉਹ ਗੁੱਲਕ ਚੱਕ ਕੇ ਇਹਨਾਂ ਕੋਲ ਲਿਆ ਕਰੋ, ਜਾਂ ਜਿਹੜੇ ਸ਼ਹਿਰ 'ਚ ਜਿਹੜੇ ਟੀਮ ਮੈਂਬਰ ਉਹਨਾਂ ਕੋਲ ਲਿਆ ਕਰੋ, ਉਹਨਾਂ ਕੋਲ 10 ਵੀ ਕਿਹੜੇ ਮਰੀਜ਼ ਨੂੰ ਦਵਾਈ ਲੈ ਕੇ ਦੇਣੀ, ਅਤੇ ਆਪਣੇ ਟੀਮ ਮੈਂਬਰ ਬਣ ਕੇ ਪੂਰਾ ਜਵਾਬਦੇਹੀ ਲੈ ਕੇ ਟੀਮ ਮੈਂਬਰ ਬਣੋ ਅਤੇ ਮਰੀਜ਼ਾਂ ਦਾ ਭਲਾ ਕਰੋ, ਇਸ ਤੋਂ ਉੱਤੇ ਕੋਈ ਸੇਵਾ ਨਹੀਂ। ਬਾਕੀ ਵੀਰ ਜੀ ਨੇ ਕੁਛ ਕਹਿਣਾ ਜੀ? ਬਾਕੀ ਕੋਈ ਵੀ ਡੋਨਰ ਕਿਸੇ ਵੀ ਟਾਈਮ ਆ ਕੇ ਸਾਡੇ ਕੋਲ ਪੇਸ਼ੈਂਟ ਦੇ ਘਰ ਦੀ ਵੀਡੀਓ, ਪੇਸ਼ੈਂਟ ਦੇ ਹਾਲਾਤ, ਜਿਹੜੇ ਪੇਸ਼ੈਂਟ ਨੂੰ ਪੈਸਿਆਂ ਦੀ ਉਹਨਾਂ ਨੇ ਹੈਲਪ ਕਰੀ ਆ, ਉਹ ਪੇਸ਼ੈਂਟ ਨੇ ਕਿੱਥੇ ਲਗਾਏ ਨੇ ਅਤੇ ਉਹਨਾਂ ਦੀ ਰਸੀਦ ਵਗੈਰਾ ਸਾਡੇ ਤੋਂ ਕਿਸੇ ਵੀ ਟਾਈਮ ਮੰਗ ਸਕਦੇ ਨੇ, ਤੁਹਾਨੂੰ ਪੂਰਾ ਹੱਕ ਹੈ, ਅਸੀਂ ਤੁਹਾਡੇ 1-1 ਰੁਪਏ ਦਾ ਹਿਸਾਬ ਪੇਸ਼ੈਂਟ ਤੋਂ ਲੈ ਕੇ ਤੁਹਾਡੇ ਲਈ ਰੱਖਦੇ ਹਾਂ, ਅਸੀਂ ਆਪਣੇ ਲਈ ਨਹੀਂ ਰੱਖਦੇ ਹਿਸਾਬ, ਅਸੀਂ ਪੇਸ਼ੈਂਟ ਨੂੰ ਜੇ ਭਾਅ ਜੀ 1000 ਰੁਪਏ ਦੇਣੇ ਨਾ ਤੈਨੂੰ ਟੈਸਟ ਕਰਾ ਕੇ ਦਿੱਤਾ, ਅਸੀਂ ਆਪਣੀ ਸੇਫਟੀ ਲਈ ਰੱਖਦੇ ਹਾਂ, ਕੱਲ੍ਹ ਨੂੰ ਤੁਸੀਂ ਮੈਨੂੰ 1000 ਦਿੱਤਾ, ਤੁਸੀਂ ਪੁੱਛੋ ਜੀ ਕੱਲ੍ਹ ਉਹ ਬੰਦੇ ਨੂੰ ਮੈਂ 1000 ਦੇ ਕੇ ਅਸੀਂ ਕਿੱਥੇ ਕਰੇ, ਅਸੀਂ ਉਹ ਰਸੀਦ ਆਪਣੇ ਰਿਕਾਰਡ ਲਈ ਸਾਂਭ ਕੇ ਰੱਖਣੀ ਹੈ ਕਿ ਕੱਲ੍ਹ ਨੂੰ ਸਾਡੇ 'ਤੇ ਕੋਈ ਐਲੀਗੇਸ਼ਨ ਆਏ ਕਿ ਇਹਨਾਂ ਨੇ ਪੈਸਾ ਸਾਡਾ ਕਿੱਥੇ ਲਵਾ। ਵਾਹ, ਇਸ ਤੋਂ ਉੱਤੇ ਕੀ ਜਾਣੇ ਹੋਰ, ਰੱਬ ਧਰਤੀ ਆ ਯਾਰ, ਇੰਨੀ ਟ੍ਰਾਂਸਪੇਰੈਂਸੀ ਐਸ ਐਨ ਜੀ ਓ ਦੇ ਵਿੱਚ, ਅੱਜ ਮੈਂ ਵੀ ਸੇਵਾ ਕਰਨਾ ਚਾਹਾਂਗਾ ਐਸ ਐਨ ਜੀ ਓ ਦੇ ਵਿੱਚ, ਕਿਆ ਕੰਮ ਕਰ ਰਹੇ ਹੋ ਤੁਸੀਂ ਯਾਰ, ਸ਼ਾਬਾਸ਼, ਤੁਹਾਨੂੰ ਮੈਨੂੰ ਇਹਨਾਂ ਦੇ ਦਿਲ ਦੀਆਂ ਫੀਲਿੰਗਸ ਪਤਾ ਨੇ, ਅਤੇ ਬਾਕੀ ਬਹੁਤ ਬਹੁਤ ਫਿਰ ਪਟਿਆਲੇ ਵਾਲਿਆਂ ਦਾ ਥੈਂਕ ਯੂ ਸਾਰਿਆਂ ਦਾ ਇੰਨਾ ਟਾਈਮ ਕੱਢ ਕੇ ਆਉਣ ਲਈ। ਵਾਹਿਗੁਰੂ ਜੀ ਕਾ ਖਾਲਸਾ।